ਅਮਰਦਾਸ ਗੁਰ ਹੀਰਦਾਤਾ ਹੋ ਹੀਰਦਾਤਾ ਹੋ ਸ਼੍ਰੀ ਗੁਰੂ ਰਾਮਦਾਸ ਗੁਣ ਦਰ ਪਰਮ ਗਿਰਪਾਲਾ ਜੀ ਪਰਮ ਕੇਰਪਾਲਾ ਗੁਰੂ ਗੋਬਿੰਦ ਸਿੰਘ ਵੇਦਾਲਾ ਗੁਰੂ ਗੋਬਿੰਦ ਸਿੰਘ ਵੇਦਾਲਾ ਤਰੋਂ ਤਰਾ ਪੁਰ ਪੁਨ ਪੁਨ ਸੀ ਇਸਾ ਬੰਦੋ ਬਾਰ ਬਾਰ ਜਗਤੀਸਾ ਬੰਦੋ ਬਾਰ ਬਾਰ ਜਗਤੀਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਆਪ ਜੀ ਬਹੁਤ ਵਡਭਾਗੀ ਹੋ ਜੋ ਸੰਧਿਆ ਵੇਲੇ ਗੁਰੂ ਸਾਹਿਬ ਜੀ ਦੀ ਇਸ ਪਾਵਨ ਸਤ ਸੰਗਤ ਦੇ ਵਿੱਚ ਜੁੜ ਬੈਠੇ ਹੋ ਮਹਾਰਾਜ ਜੀ ਕਹਿੰਦੇ ਨੇ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੇ ਮਨੁੱਖ ਨੂੰ ਸਤ ਸੰਗਤ ਦੀ ਪ੍ਰਾਪਤੀ ਵੱਡਿਆਂ ਭਾਗਾਂ ਦੇ ਨਾਲ ਹੁੰਦੀ ਹੈ ਭਾਵ ਇਹ ਮਨੁੱਖ ਦੇ ਜਦੋਂ ਕਰਮ ਸਤੋ ਗੁਣੀ ਕਰਮ ਮਨੁੱਖ ਚੰਗੇ ਕਰਦਾ ਹੈ ਬਾਹਰੀ ਤੌਰ ਤੇ ਸੇਵਾ ਕਰਦਾ ਹੈ ਕੁਛ দানਪੂਨ ਕਰਦਾ ਹੈ ਸਿਮਰਨ ਕਰਦਾ ਹੈ ਜਪ ਕਰਦਾ ਹੈ ਤਪ ਕਰਦਾ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਮਨੁੱਖ ਕਰਦਾ ਰਹਿੰਦਾ ਹੈ ਇਹਨਾਂ ਚੀਜ਼ਾਂ ਦੇ ਨਾਲ ਮਨੁੱਖ ਦੇ ਕਰਮ ਬਣਦੇ ਨੇ ਉਹ ਕਰਮ ਜਦੋਂ ਬਣ ਜਾਂਦੇ ਨੇ ਉਹ ਕਰਮ ਮਨੁੱਖ ਨੂੰ ਫਿਰ ਜਿਹੜੇ ਇਹ ਸਤ ਗੁਣੀ ਕਰਮ ਨੇ ਸਤ ਸੰਗਤ ਵਿੱਚ ਆਉਣਾ ਇਹਨਾਂ ਗੁਣਾਂ ਦੇ ਵਿੱਚ ਫਿਰ ਲੈ ਕੇ ਆਉਂਦੇ ਨੇ ਤਾਂ ਮਨੁੱਖ ਇੱਥੇ ਸਤ ਸੰਗਤ ਦੇ ਵਿੱਚ ਆ ਕੇ ਬੈਠਦਾ ਹੈ ਤਾਂ ਸਤ ਸੰਗਤ ਦੇ ਵਿੱਚ ਆਇਆ ਜਾਂਦਾ ਹੈ ਉਸ ਤੋਂ ਬਿਨਾ ਮਨੁੱਖ ਦਾ ਅੰਤਹਿ ਕਰਨ ਜਦੋਂ ਤਈ ਮੈਲਾ ਰਹਿੰਦਾ ਹੈ ਉਦੋਂ ਤਈ ਉਹਦੀ ਆਤਮਾ ਵੀ ਮੈਲੀ ਹੋਈ ਜਾਂਦੀ ਹੈ ਜਦੋਂ ਤਈ ਮਨੁੱਖ ਦਾ ਅੰਤਿਸ਼ ਕਰਨ ਹੈ ਜਿਹੜਾ ਉਹ ਮੈਲਾ ਰਹਿੰਦਾ ਹੈ ਉਹ ਮੈਲਾ ਹੋਣ ਦੇ ਕਾਰਨ ਮਨੁੱਖ ਦੀ ਜਿਹੜੀ ਆਤਮਾ ਹੈ ਉਹ ਵੀ ਹੌਲੀ-ਹੌਲੀ ਆਤਮਾ ਦਾ ਜਿਹੜੀ ਆਵਾਜ਼ ਹੈ ਹੌਲੀ-ਹੌਲੀ ਦਬਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਅੰਤਿਸ਼ਕਰਣ ਮਨ ਬੁੱਧ ਚੇਤ ਮੈਲਾ ਹੁੰਦਾ ਰਹਿੰਦਾ ਹੈ ਆਤਮਾ ਦੀ ਆਵਾਜ਼ ਮਨੁੱਖਤੀ ਪਹੁੰਚਣੀ ਬੰਦ ਹੋ ਜਾਂਦੀ ਹੈ ਐਸੀ ਗੱਲ ਨਹੀਂ ਮਨੁੱਖ ਦੇ ਅੰਦਰੋਂ ਆਤਮਾ ਆਵਾਜ਼ ਨਹੀਂ ਦਿੰਦੀ ਦਿੰਦੀ ਹੈ ਮਨੁੱਖ ਕੋਈ ਵੀ ਕਰਮ ਕਰਦਾ ਹੈ ਉਸ ਦੇ ਅੰਦਰੋਂ ਆਤਮਾ ਉਹਨੂੰ ਆਵਾਜ਼ ਦਿੰਦੀ ਹੈ ਪਰ ਹੁੰਦਾ ਕੀ ਹੈ ਹੌਲੀ-ਹੌਲੀ ਹੌਲੀ-ਹੌਲੀ ਜਿਵੇਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮਾੜੇ ਕਰਮ ਕਰਦਾ ਰਹਿੰਦਾ ਹੈ ਉਹ ਕਰਮਾਂ ਦਾ ਵਜਨ ਇੰਨਾ ਪੈ ਜਾਂਦਾ ਹੈ ਆਤਮਾ ਤੇ ਆਵਾਜ਼ ਦਿੰਦੀ ਹੈ ਇਹਨੂੰ ਸੁਣਨੀ ਬੰਦ ਹੋ ਜਾਂਦੀ ਹੈ ਉਧਰੋਂ ਤੇ ਆਵਾਜ਼ ਆ ਰਹੀ ਹੈ ਇਸ ਕਰਕੇ ਯਾਦ ਰੱਖਣਾ ਕਈ ਵਾਰੀ ਇੱਡਾ ਅੰਤਿਸ਼ ਕਰਨ ਮੈਲਾ ਹੋ ਜਾਂਦਾ ਹੈ ਜਿਹੜਾ ਰੋਜ਼-ਰੋਜ਼ ਝੂਠ ਬੋਲਦਾ ਹੈ ਜਿਸ ਦਿਨ ਪਹਿਲੇ ਦਿਨ ਝੂਠ ਬੋਲਿਆ ਹੋਏਗਾ ਉਸ ਦਿਨ ਆਤਮਾ ਨੇ ਆਵਾਜ਼ ਦਿੱਤੀ ਸੀ ਇਹ ਠੀਕ ਨਹੀਂ ਹੈ ਪਰ ਰੋਜ਼ ਰੋਜ਼ ਬੋਲਦਿਆਂ ਬੋਲਦਿਆਂ ਸੰਸਕਾਰ ਬਣਿਆ ਆਦਤ ਪੈ ਗਈ ਹੁਣ ਆਵਾਜ਼ ਤੇ ਅੰਦਰੋਂ ਆ ਰਹੀ ਹੈ ਸੁਣਾਈ ਨਹੀਂ ਦਿੰਦੀ ਇਹਦੇ ਵਾਸਤੇ ਇੱਕ ਉਦਾਹਰਣ ਹੈ ਜਿਵੇਂ ਆਪ ਜੀ ਨੋਟ ਕਰਨਾ ਆ ਜਿਹੜੀਆਂ ਘੜੀਆਂ ਦਵਾਰਾਂ ਤੇ ਲੱਗੀਆਂ ਹੁੰਦੀਆਂ ਨੇ ਰਾਤ ਨੂੰ ਅਕਸਰ ਇਹਨਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹੀ ਘੜੀ ਘਰ ਦੇ ਵਿੱਚ ਲੱਗੀ ਹੈ ਦਿਨ ਵਿੱਚ ਆਵਾਜ਼ ਸੁਣਾਈ ਨਹੀਂ ਦਿੰਦੀ ਰਾਤ ਨੂੰ ਸੁਣਾਈ ਦਿੰਦੀ ਹੈ ਇਹਦਾ ਮਤਲਬ ਇਹ ਨਹੀਂ ਹੈ ਆਵਾਜ਼ ਦਿਨ ਵਿੱਚ ਨਹੀਂ ਹੈ ਆਵਾਜ਼ ਤੇ ਦਿਨ ਵਿੱਚ ਆ ਰਹੀ ਹੈ ਕਾਰਨ ਕੀ ਹੈ ਫਿਰ ਆਵਾਜ਼ ਸੁਣਾਈ ਕਿਉਂ ਨਹੀਂ ਦੇਰੀ ਜਿਹੜਾ ਬਾਹਰ ਦਾ ਸ਼ੋਰ ਸ਼ਰਾਬਾ ਹੈ ਉਹ ਆਵਾਜ਼ ਨੂੰ ਦਬ ਲੈਂਦਾ ਰਾਤ ਨੂੰ ਉਹ ਦਮਨੀ ਨਹੀਂ ਹੁੰਦੀ ਉਹ ਆਵਾਜ਼ ਸੁਣਾਈ ਦਿੰਦੀ ਹੈ ਟੈਂਪਿਸਤੀ ਇਵੇਂ ਐਸੀ ਗੱਲ ਨਹੀਂ ਮਨੁੱਖ ਦੀ ਆਤਮਾ ਤੋਂ ਆਵਾਜ਼ ਨਹੀਂ ਆਉਂਦੀ ਆਉਂਦੀ ਹੈ ਪਰ ਵਕਾਰ ਜਿਹੜੇ ਨੇ ਬੁੱਧੀ ਜਦੋਂ ਮੈਲੀ ਹੋ ਜਾਂਦੀ ਹੈ ਉਹ ਆਵਾਜ਼ ਨੂੰ ਦਬ ਲੈਂਦੀ ਹੈ ਇਹਨੂੰ ਮਹਾਰਾਜ ਕਹਿੰਦੇ ਸੱਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ ਵਿਚਾਰਾ ਕਰੇ ਕੀ ਦੇਹ ਕਰੇ ਕੀ ਜੀਵਾਤਮਾ ਕਰੇ ਕੀ ਅੰਤਿਸ਼ਕਰਣ ਮਹਿਣਾ ਹੋ ਗਿਆ ਜਿਵੇਂ ਜਿਵੇਂ ਇਸ ਕਰਕੇ ਜਦੋਂ ਇੱਕ ਚੋਰ ਪਹਿਲੇ ਦਿਨ ਚੋਰੀ ਕਰਦਾ ਹੈ ਉਸ ਦਿਨ ਉਹਦੀ ਆਤਮਾ ਆਵਾਜ਼ ਦਿੰਦੀ ਹੈ ਇਹ ਮਾੜਾ ਹੈ ਕਿਉਂਕਿ ਹਰੇਕ ਦੇ ਅੰਦਰ ਪਰਮੇਸ਼ਰ ਬੈਠਾ ਹੈ ਹਰੇਕ ਮਨੁੱਖ ਨੂੰ ਆਵਾਜ਼ ਮਾਰਦਾ ਹੈ ਅੰਦਰ ਹੀ ਤੇ ਬੈਠਾ ਹੈ ਬਾਹਰ ਤੇ ਹੈ ਨਹੀਂ ਉਹ ਜੇ ਕਿਤੇ ਉਹ ਬਾਹਰ ਹੁੰਦਾ ਫਿਰ ਗੱਲ ਵੱਖਰੀ ਸੀ ਉਹ ਨਾਲ ਹੈ ਉਹ ਅੰਦਰੋਂ ਆਵਾਜ਼ ਦਿੰਦਾ ਹੈ ਮਨੁੱਖ ਨੂੰ ਇਹ ਠੀਕ ਨਹੀਂ ਹੈ ਜਦੋਂ ਮਨੁੱਖ ਹਜੇ ਇੰਨਾ ਲਿਪਤ ਨਹੀਂ ਹੋਇਆ ਮਾਇਆ 'ਚ ਸਵੇਰੇ ਸਵੇਰ ਉਹਨੂੰ ਭਜਨ ਮੰਦਗੀ ਦੀ ਵੀ ਜਾਗ ਆਉਂਦੀ ਹੈ ਅੱਖ ਖੁੱਲ ਜਾਂਦੀ ਏ ਕਿ ਮੇਰੀ 4 ਵਜੇ ਉੱਠ ਬੰਦਗੀ ਕਰ ਪਰ ਹੌਲੀ ਹੌਲੀ ਮਨ ਦੇ ਉੱਤੇ ਏਡਾ ਵਜਨ ਪੈ ਜਾਂਦਾ ਏ ਵਿਕਾਰਾਂ ਦਾ ਫਿਰ ਅੰਦਰੋਂ ਆਵਾਜ਼ ਤੇ ਆਉਂਦੀ ਏ ਇਹਨੂੰ ਸੁਣਨੀ ਬੰਦ ਹੋ ਜਾਂਦੀ ਏ ਅੰਤਸ਼ ਕਰਨ ਮੈਲਾ ਹੋ ਗਿਆ ਤੇ ਯਾਦ ਰੱਖਣਾ ਬਾਣੀ ਕਹਿੰਦੀ ਏ ਜਦੋਂ ਤਈ ਮਨ ਮੈਲਾ ਓਦੋਂ ਤਈ ਸਭ ਕੁਝ ਹੀ ਮੈਲਾ ਹੈ ਮੈਲਾ ਜਦੋਂ ਤਈ ਮਨ ਚੰਗਾ ਨਹੀਂ ਓਦੋਂ ਤਈ ਕੁਝ ਵੀ ਚੰਗਾ ਨਹੀਂ ਦਾਣ ਵੀ ਚੰਗਾ ਨਹੀਂ ਪੂਜਾ ਵੀ ਚੰਗੀ ਨਹੀਂ ਬੰਦਗੀ ਵੀ ਚੰਗੀ ਨਹੀਂ ਜਦੋਂ ਤਈ ਮਨ ਮੈਲਾ ਇਸ ਕਰਕੇ ਆਪਣੇ ਅੰਤਿਸ਼ਕਰਣ ਨੂੰ ਜਦੋਂ ਮਨੁੱਖ ਬੰਦਗੀ ਕਰ ਕਰਕੇ ਇਹਨੂੰ ਬਾਣੀ ਕਹਿੰਦੀ ਹੈ ਭਰੀਐ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਜਦੋਂ ਜਦੋਂ ਮਨੁੱਖ ਬੰਦਗੀ ਕਰਦਾ ਹੈ ਇਹਦੀ ਸਫਾਈ ਹੁੰਦੀ ਹੈ ਮਤ ਦੀ ਸਫਾਈ ਮਤ ਦੇ ਵਿੱਚ ਜਿਹੜੀ ਮੈਲ ਹੈ ਉਹ ਬਾਹਰ ਨਿਕਲਦੀ ਹੈ ਜਿਹੜੀ ਮਤ ਦੇ ਵਿੱਚ ਥੋੜੀ-ਥੋੜੀ ਮਨੁੱਖ ਜਾਗਦਾ ਹੈ ਸੁੱਤਾ ਹੋਇਆ ਮਨ ਜਾਗਦਾ ਹੈ ਜਾਗ ਖੁੱਲਣੀ ਸ਼ੁਰੂ ਹੁੰਦੀ ਹੈ ਹੁੰਦੀ ਕਿਦੇ ਨਾਲ ਜਪ ਨਾਲ ਹਿੰਦੀ ਕਿਦੇ ਨਾਲ ਬੰਦਗੀ ਨਾਲ ਇਸ ਕਰਕੇ ਬਾਣੀ ਦੇ ਵਿੱਚ ਮਹਾਰਾਜ ਕਿਦ ਨੇ ਜਾਗ ਲੇਹੋ ਰੇ ਮਨਾ ਜਾਗ ਲੇਹੋ ਕਹਾ ਗਾਫਲ ਸੋਇਆ ਕਿੱਥੇ ਸੁੱਤਾ ਪਿਆ ਸੁੱਤਾ ਕਾਦੇ ਵਿੱਚ ਐ ਵਕਾਰਾਂ ਦੀ ਨੀਂਦ ਦੇ ਵਿੱਚ ਔਰ ਅਜਦਾ ਨਹੀਂ ਸੁੱਤਾ ਬੜੇ ਸਮੇਂ ਤੋਂ ਸੁੱਤਾ ਹੈ ਇਸ ਕਰਕੇ ਤੇ ਮਨੁੱਖ ਸੁੱਤਾ ਹੋਇਆ ਮਨ ਸੁੱਤਾ ਹੋਇਆ ਹੈ ਸੁੱਤੇ ਹੋਏ ਮਨ ਨੇ ਜੋ ਕੁਝ ਵੀ ਵੇਖ ਰਿਆ ਸਭ ਕੋ ਸੱਚ ਮੰਨੀ ਬੈਠਾ ਹੈ ਸੁੱਤਾ ਹੋਇਆ ਇਸ ਕਰਕੇ ਮਹਾਰਾਜ ਕਹਿੰਦੇ ਅੰਤੈਸ਼ ਕਰਨ ਮੈਲਾ ਹੈ ਅੰਤੈਸ਼ ਕਰਨ ਠੀਕ ਹੋਏ ਫਿਰ ਜਿਹੜੀ ਆਤਮਾ ਦੀ ਆਵਾਜ਼ ਹੈ ਮਨੁੱਖ ਨੂੰ ਸੁਣਾਈ ਦੇਗੀ ਆਤਮਾ ਦੀ ਆਵਾਜ਼ ਜੋੜੀ ਇਹਦੇ ਅੰਦਰ ਹੈ ਜਿਵੇਂ ਚੋਰ ਚੋਰੀ ਕਰਦਾ ਰੋਜ਼ ਰੋਜ਼ ਚੋਰੀ ਕਰਦਿਆਂ ਕਰਦਿਆਂ ਉਹ ਇੱਡਾ ਚੋਰੀ ਦਾ ਆਦੀ ਹੋ ਜਾਂਦਾ ਹੈ ਜਿਸ ਦਿਨ ਚੋਰੀ ਨਾ ਨਾ ਕਰੇਗਾ ਉਸ ਦਿਨ ਉਹਨੂੰ ਲੱਗੇਗਾ ਅੱਜ ਕੁਝ ਗਵਾਚ ਗਿਆ ਐ ਐਡਾ ਆਦੀ ਹੋ ਜਾਂਦਾ ਹੈ। ਰੋਜ਼ ਰੋਜ਼ ਮਨੁੱਖ ਕਿਸੇ ਨੂੰ ਗਾਲਾਂ ਕੱਢਦਾ ਜਿਸ ਦਿਨ ਗਾਲਾਂ ਨਾ ਕੱਢੇਗਾ ਉਸ ਦਿਨ ਕੇ ਕਹੇਗਾ ਅੱਜ ਕੁਝ ਗਵਾਚ ਗਿਆ ਐ। ਆਦਤ ਬਣ ਗਈ ਹੈ। ਇਸ ਕਰਕੇ ਮਨੁੱਖ ਨੂੰ ਜਦੋਂ ਵਿਕਾਰਾਂ ਦੀ ਆਦਤ ਪੈ ਜਾਂਦੀ ਹੈ ਇਹ ਸਭ ਤੋਂ ਕ੍ਰਿਟੀਕਲ ਸਟੇਜ ਕਹਿ ਸਕਦੇ ਹਾਂ ਅਸੀਂ ਇਹਨੂੰ। ਜਦੋਂ ਮਨੁੱਖ ਨੂੰ ਵਿਕਾਰਾਂ ਦੀ ਆਦਤ ਪੈ ਜਾਏ ਉਹਨੂੰ ਸਬਕ ਜਿਵੇਂ ਅਸੀਂ ਬਿਮਾਰੀ ਹੋ ਜਾਂਦੀ ਹੈ ਮਨੁੱਖ ਨੂੰ ਡਾਕਟਰ ਕਹਿ ਦਿੰਦੇ ਹੁਣ ਕ੍ਰਿਟੀਕਲ ਸਟੇਜ ਐ ਇਹ ਕ੍ਰਿਟੀਕਲ ਸਟੇਜ ਐ ਮਨੁੱਖ ਦੀ ਘਾਤਕ ਸਟੇਜ ਐ ਜਿੱਥੇ ਵਕਾਰਾਂ ਦੀ ਆਦਤ ਪੈ ਜਾਏ ਆਦਤਾਂ ਬੜੀ ਮੁਸ਼ਕਲ ਹੀ ਹਟਦੀਆਂ ਨੇ ਇਹਦੇ ਗੁਰੂ ਕਿਰਪਾ ਕਰੇ ਪ੍ਰਮਾਤਮਾ ਕਿਰਪਾ ਕਰੇ ਆਦਤਾਂ ਹਟਾ ਦੇਵੇ ਹਟਾਏਗਾ ਵੀ ਹੁਕਮ ਦੇ ਵਿੱਚ ਬੰਦਗੀ ਕਰਵਾਉਂਦਾ ਹੈ ਹਟਾਉਂਦਾ ਕਿਵੇਂ ਤਰਸ ਪਿਆ ਮਹਿਰਾਮਤ ਹੋਈ ਸਤ ਗੁਰੂ ਸੱਜਣ ਮਿਲਿਆ ਸੰਗਤ ਮਿਲਦੀ ਹੈ ਤਾਂ ਮਕਾਰਾਂ ਦੀ ਮੈਲ ਲੱਥਦੀ ਹੈ ਔਰ ਇਹ ਹੌਲੀ-ਹੌਲੀ ਚੜਦੀ ਜਾਂਦੀ ਹੈ ਹੌਲੀ-ਹੌਲੀ ਲੱਥ ਜੀ ਜਾਂਦੀ ਹੈ ਇਸ ਕਰਕੇ ਅੰਤ ਆਤਮਾ ਜਦੋਂ ਤਈ ਆਤਮਾ ਤੇ ਜਦੋਂ ਤਈ ਮਨੁੱਖ ਆਤਮਾ ਨੂੰ ਸਾਖਸ਼ਾਤ ਨਹੀਂ ਕਰ ਲੈਂਦਾ ਨਹੀਂ ਵੇਖ ਲੈਂਦਾ ਉਦੋਂ ਤਈ ਮਨੁੱਖ ਦੁੱਖਾਂ ਦੇ ਵਿੱਚ ਅਸ਼ਾਂਤੀ ਦੇ ਵਿੱਚ ਤੁਰਦਾ ਰਹਿੰਦਾ ਹੈ ਕਿਉਂ ਰੋਜ਼-ਰੋਜ਼ ਆਤਮਾ ਦੀ ਆਵਾਜ਼ ਦੱਬੀ ਜਾ ਰਹੀ ਹੈ ਰੋਜ਼ ਰੋਜ਼ ਅੰਤਿਸ਼ ਕਰਨ ਮੈਲਾ ਹੁੰਦਾ ਜਾ ਰਿਹਾ ਹੈ ਬੜੀ ਬੜੀ ਬੇਨਤੀ ਕਰਦਾ ਹਾਂ ਸਾਧ ਸੰਗਤ ਜਾਂ ਤੇ ਮਨੁੱਖ ਰੋਜ਼ ਰੋਜ਼ ਠੀਕ ਹੋ ਰਿਹਾ ਹੈ ਜਾਂ ਰੋਜ਼ ਰੋਜ਼ ਬਿਮਾਰ ਹੋ ਰਿਹਾ ਹੈ ਗੱਲਾਂ ਦੋਈ ਨਹੀਂ ਜਾਂ ਤੇ ਰੋਜ਼ ਰੋਜ਼ ਪਰਮਾਤਮਾ ਨਾਲ ਜੁੜ ਰਿਹਾ ਹੈ ਜਾਂ ਉਹਦੇ ਤੋਂ ਟੁੱਟ ਰਿਹਾ ਹੈ ਜਾਂ ਤੇ ਰੋਜ਼ ਰੋਜ਼ ਮਨੁੱਖ ਆਨੰਦ ਵੱਲ ਜਾ ਰਿਹਾ ਹੈ ਜਾਂ ਫਿਰ ਦੁੱਖਾਂ ਵੱਲ ਜਾ ਰਿਹਾ ਹੈ ਜਿਵੇਂ ਜਿਵੇਂ ਮਨੁੱਖ ਦਾ ਅੰਤਿਸ਼ਕਰਣ ਮੈਲਾ ਹੋ ਜਾਂਦਾ ਹੈ ਮਨ ਮੈਲਾ ਹੋ ਗਿਆ ਬੁੱਧੀ ਮੈਲੀ ਹੋ ਗਈ ਫਿਰ ਹੁੰਦਾ ਕੀ ਹੈ ਮਨੁੱਖ ਬਿਨਾਂ ਗੱਲ ਤੋਂ ਕ੍ਰੋਧ ਕਰੀ ਜਾਏਗਾ ਬਿਨਾਂ ਗੱਲ ਤੋਂ ਲੋਭ ਕਰੀ ਜਾਏਗਾ ਲੋਭ ਕਰ ਰਿਹਾ ਹੈ ਕ੍ਰੋਧ ਕਰ ਰਿਹਾ ਕਿਸੇ ਨਾਲ ਹੀ ਕ੍ਰੋਧ ਕਿਸੇ ਨਾਲ ਹੀ ਝਗੜੇ ਕਸੂਰ ਆਪਣੇ ਮਨ ਦਾ ਹੈ ਝਗੜੇ ਕਿਸੇ ਹੋਰ ਨਾਲ ਕਸੂਰ ਆਪਣਾ ਹੈ ਸਾਰਾ ਕਾਲਾ ਮਨੁੱਖ ਆਪ ਆਪਣੇ ਅੰਦਰੋਂ ਪੈ ਰਿਹਾ ਹੈ ਗੁੱਸਾ ਕਿਸੇ ਹੋਰ ਤੇ ਕੱਢੀ ਜਾਂਦਾ ਹੈ ਕਦੇ ਕਿਸੇ ਪड़ोसी ਤੇ ਕੱਢੀ ਜਾਂਦਾ ਕਿਸੇ ਰਿਸ਼ਤੇਦਾਰ ਤੇ ਕੱਢੀ ਜਾਂਦਾ ਆਪਣੇ ਬੱਚਿਆਂ ਤੇ ਕੱਢੀ ਜਾਂਦਾ ਕਿਸੇ ਨਾ ਕਿਸੇ ਦਾ ਕਸੂਰ ਕੱਢੀ ਜਾਂਦਾ ਬਾਣੀ ਕਹਿੰਦੀ ਕਿਸੇ ਦਾ ਕਸੂਰ ਨਹੀਂ ਹੈ ਕਸੂਰ ਸਾਰਾ ਤੇਰਾ ਆਪਣਾ ਹੈ ਜਿਵੇਂ ਜਿਵੇਂ ਮਨੁੱਖ ਦਾ ਅੰਤਿਸ਼ਕਰਣ ਠੀਕ ਹੋ ਜਾਏਗਾ ਓਵੇਂ ਓਵੇਂ ਇਹਨੂੰ ਆਤਮਾ ਦੀ ਆਵਾਜ਼ ਸੁਣੇਗੀ ਮਨੁੱਖ ਸੰਤੋਖੀ ਹੋ ਜਾਏਗਾ ਸਹਜ ਵਿੱਚ ਆ ਜਾਏਗਾ ਔ ਜਿਹੜੀ ਗੁਰੂ ਸਾਹਿਬ ਜੀ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਗੁਰੂ ਰਾਮਦਾਸ ਜੀ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ ਕਿਹੜਾ ਉਪਦੇਸ਼ ਅਤੇ ਸੰਦੇਸ਼ ਉਹ ਸਿੱਖਾਂ ਦੇ ਨਾਂ ਕਹਿੰਦੇ ਨੇ ਆ ਬੜੇ ਪ੍ਰੇਮ ਨਾਲ ਸ਼੍ਰਵਣ ਕਰੀਏ ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਈਏ ਸਤਨਾਮ ਏਰੀ ਵਾਹੇ ਗੁਰੂ ਸਾਜੇ ਜੀ ਸਤਨਾਮ ਸ਼੍ਰੀ ਵਾਹੇ ਮਨੁੱਖ ਜਨਮੁ ਦੁਲਬ ਕੋ ਘਾਰੇ ਮਹਾਰਾਜ ਕਿਨੇ ਸਿੱਖੋ ਤੁਸੀਂ ਮੈਨੂੰ ਬੜੇ ਪਿਆਰੇ ਹੋ ਮੇਰੀ ਇੱਕ ਗੱਲ ਬੜੇ ਧਿਆਨ ਨਾਲ ਸੁਣਾਓ ਤੁਹਾਨੂੰ ਇਹ ਮਨੁੱਖਾ ਜਨਮ ਮਿਲਿਆ ਔਰ ਇਹ ਐਸਾ ਜਨਮ ਹੈ ਇਹਦੀ ਬਰਾਬਰੀ 83,999 ਜੁਨੀਆਂ ਪ੍ਰਿਥਵੀ ਤੇ ਹੈਗੀਆਂ ਨੇ ਮਨੁੱਖਾ ਜਨਮ ਤੋਂ ਇਲਾਵਾ ਉਹ ਜੁਨੀਆਂ ਵਿੱਚ ਇਹਦੇ ਨਾਲ ਦਾ ਜਨਮ ਨਹੀਂ ਹੈ ਇਹਦੇ ਨਾਲ ਦਾ ਸਰੀਰ ਨਹੀਂ ਹੈ ਹਰ ਸਿਮਰਨ ਬਿਨ ਬ੍ਰਿਖਾ ਨਾ ਕੋ ਉਹ ਨਰਕੁਰਬ ਨਹਿ ਪੁਨ ਪੁਨ ਜੋ ਉਹ ਇਸ ਕਰਕੇ ਇਹ ਜਨਮ ਦਾ ਇੱਕੋ ਹੀ ਫਲ ਹੈ ਹਰੀ ਦਾ ਸਿਮਰਨ ਪਰਮਾਤਮਾ ਦੀ ਯਾਦ ਸਿਮਰਨ ਦਾ ਮਤਲਬ ਸੰਸਕ੍ਰਿਤ ਦਾ ਸ਼ਬਦ ਹੈ ਸਿਮਰਨ ਇਹਨੂੰ ਕਹਿੰਦੇ ਨੇ ਸਿਮਰਨ ਕਰਨਾ ਫਾਰਸੀ ਵਿੱਚ ਕਹਿੰਦੇ ਨੇ ਯਾਦ ਕਰਨਾ ਐਵੇਂ ਪੰਜਾਬੀ ਵਿੱਚ ਕਹਿੰਦੇ ਨੇ ਚੇਤੇ ਕਰਨਾ ਕਿਨੂੰ ਚੇਤੇ ਕਰਨਾ ਹੋਰ ਤੇ ਮਨੁੱਖ ਨੂੰ ਸਾਰਾ ਕੁਝ ਹੀ ਚੇਤੇ ਹੈ ਇੱਕੋ ਹੀ ਚੀਜ਼ ਚੇਤੇ ਵਿੱਚ ਨਹੀਂ ਹੈ ਉਹ ਰੱਬ ਹੈ ਬਾਕੀ ਸਭ ਕੁਝ ਚੇਤੇ ਹੈ ਤੇ ਹਾਂ ਚੇਤੇ ਨੇ ਪੁੱਤਰ ਚੇਤੇ ਨੇ ਸ਼ਰੀਰ ਤੋਂ ਜੋ ਜੋ ਕਮਾਇਆ ਸਭ ਕੁਝ ਚੇਤੇ ਵਿੱਚ ਹੈ ਜਿਵੇਂ ਬਾਣੀ ਦੇ ਵਿੱਚ ਵੀ ਆਉਂਦਾ ਸਭ ਕੁਝ ਆਪਣਾ ਇਕ ਰਾਮ ਪਰਾਇਆ ਬਾਕੀ ਤੇ ਸਾਰਾ ਕੁਝ ਆਪਣਾ ਹੈ ਪਰਾਇਆ ਇਕੋ ਹੀ ਹੈ ਉਹ ਰੱਬ ਹੈ ਇੱਕ ਵੇਕ ਸਕੂਲ ਦੇ ਵਿੱਚ ਇੱਕ ਟੀਚਰ ਰੋਜ਼ ਬੱਚਿਆਂ ਨੂੰ ਪੜਾਇਆ ਕਰਦਾ ਸੀ ਕਹਿੰਦੇ ਬੱਚਿਓ ਪ੍ਰਮਾਤਮਾ ਸਾਰੀ ਥਾਂ ਤੇ ਹੈ ਹਰ ਥਾਂ ਤੇ ਪ੍ਰਮਾਤਮਾ ਹੈ ਇੱਕ ਦਿਨ ਉਹੀ ਟੀਚਰ ਸਵਾਲ ਪੁੱਛਦਾ ਹੈ ਬੱਚਿਓ ਦੁਨੀਆ ਤੇ ਕੋਈ ਐਸੀ ਥਾਂ ਵੀ ਹੈ ਜਿੱਥੇ ਪ੍ਰਮਾਤਮਾ ਨਹੀਂ ਹੈ ਸਾਰੇ ਬੱਚੇ ਜਵਾਬ ਦਿੰਦੇ ਨੇ ਨਹੀਂ ਜੀ ਐਸੀ ਕੋਈ ਥਾਂ ਨਹੀਂ ਸਾਰੀ ਥਾਂ ਤੇ ਹੈ ਪਰ ਇੱਕ ਬੱਚਾ ਉੱਠ ਖਲੋਤਾ ਕਹਿੰਦੇ ਇੱਕ ਥਾਂ ਹੈ ਜਿੱਥੇ ਪ੍ਰਮਾਤਮਾ ਨਹੀਂ ਹੈ ਹਰਾਨ ਹੋ ਗਿਆ ਟੀਚਰ ਮੈਂ ਤੇ ਕਦੀ ਇਹ ਸਿਖਾਇਆ ਹੀ ਨਹੀਂ ਹਰ ਥਾਂ ਤੇ ਪ੍ਰਮਾਤਮਾ ਹੈ ਸਾਰੇ ਦੇਵੀ ਦੇਵਤੇ ਕਹਿੰਦੇ ਨੇ ਹਰ ਥਾਂ ਤੇ ਪ੍ਰਮਾਤਮਾ ਹੈ ਕਹਿੰਦੇ ਸਾਰੀ ਥਾਂ ਤੇ ਟੀਚਰ ਜੀ ਪ੍ਰਮਾਤਮਾ ਹੈ ਇੱਕ ਮਨੁੱਖ ਦੇ ਦਿਲ ਵਿੱਚ ਨਹੀਂ ਹੈ ਔਰ ਸਾਰੀ ਥਾਂ ਤੇ ਹੈ ਹੋਰ ਉਹਦਾ ਪ੍ਰਕਾਸ਼ ਸਾਰੀ ਥਾਂ ਤੇ ਹੈ ਉਹਦੀ ਯਾਦ ਸਿਰਫ ਇਹਦੇ ਦਿਲ ਵਿੱਚ ਨਹੀਂ ਹੈ ਔਰ ਸਾਰੀ ਥਾਂ ਤੇ ਉਹ ਹੈ ਮਨੁੱਖ ਪ੍ਰਮਾਤਮਾ ਨੂੰ ਯਾਦ ਨਹੀਂ ਕਰ ਰਿਹਾ ਬਾਕੀ ਇਹਨੂੰ ਸਭ ਕੁਝ ਯਾਦ ਹੈ ਪਰ ਬਾਣੀ ਕਹਿੰਦੀ ਜਦੋਂ ਤਈ ਉਹ ਯਾਦ ਨਹੀਂ ਹੈ ਇਹਦਾ ਮਤਲਬ ਜਿੰਨੀਆਂ ਵੀ ਯਾਦਾਂ ਨੇ ਸਾਰੀਆਂ ਬਿਰਥਾ ਨੇ ਕਿਉਂਕਿ ਉਹ ਹੀ ਯਾਦ ਨਹੀਂ ਜਿਨੇ ਜਨਮ ਦਿੱਤਾ ਜਿਹੜੀ ਮਾਂ ਤੋਂ ਜਨਮ ਮਿਲਿਆ ਮਾਂ ਤੇ ਯਾਦ ਹੈ ਜਿਨੇ ਮਾਂ ਨੂੰ ਬਣਾਇਆ ਉਹ ਯਾਦ ਨਹੀਂ ਜਿਨੇ ਮਾਂ ਦੀ ਮਾਂ ਨੂੰ ਬਣਾਇਆ ਉਹ ਯਾਦ ਨਹੀਂ ਮੈਂ ਬੜੀ ਵਾਰੀ ਬੇਨਤੀ ਸਾ ਸੰਗਤ ਇਹ ਜਿਹੜੀਆਂ ਅੱਖਾਂ ਨੇ ਇਹ ਬਣਾਈਆਂ ਨਹੀਂ ਹਨ ਮਿਲੀਆਂ ਨੇ ਇਹ ਹੱਥ ਬਣਾਏ ਨਹੀਂ ਹਨ ਮਿਲੇ ਨੇ ਇਹ ਜਨਮ ਧੱਕੇ ਨਾਲ ਨਹੀਂ ਲਿਆ ਉਹਦੀ ਕਿਰਪਾ ਨਾਲ ਮਿਲਿਆ ਹੋਇਆ ਹੈ ਪਰ ਮਨੁੱਖ ਅਸਲ ਦੇ ਵਿੱਚ ਅੰਧਕਾਰ ਦੇ ਵਿੱਚ ਫਸਿਆ ਹੋਇਆ ਹੈ ਭਰਮ ਭਲੇਖੇ ਵਿੱਚ ਫਸਿਆ ਹੋਇਆ ਹੈ ਜਾਤਾਂ ਦੇ ਕੌਮਾਂ ਦੇ ਇਹਨਾਂ ਮਜਬਾਂ ਦੇ ਝਗੜਿਆਂ ਵਿੱਚ ਫਸਿਆ ਹੋਇਆ ਹੈ ਰਸਾਂ ਦੇ ਝਗੜਿਆਂ ਵਿੱਚ ਫਸਿਆ ਹੋਇਆ ਹੈ ਇਹ ਜਿਹੜੀ ਦੇਹੀ ਹੈ ਇਹ ਦੇਹੀ ਦੇ ਝਗੜਿਆਂ ਵਿੱਚ ਫਸਿਆ ਹੋਇਆ ਹੈ ਮਨੁੱਖ ਐਸੇ ਧਰਤੀ ਤੇ ਆਪਣਾ ਰਾਜ ਸਾਬਤ ਕਰਨਾ ਚਾਹੁੰਦਾ ਐ ਇਸੇ ਚੱਕਰ 'ਚ ਚੁਰਿਆ ਫਿਰਦਾ ਐ ਔਰ ਹਮੇਸ਼ਾ ਮਨੁੱਖ ਦੀ ਇੱਕੋ ਇੱਛਾ ਐ ਮੈਂ ਕਹਿਣਾ ਰਾਤ ਨੂੰ ਇੱਕ ਬੇਨਤੀ ਕਰ ਰਿਆ ਸੀ ਬੈਠੇ ਸਾਂ ਪੈਂ ਹਰੇਕ ਮਨੁੱਖੇ ਕੀ ਚੀਜ਼ ਸੋਚਦਾ ਵੀ ਚੰਗੇ ਦਿਨ ਆਉਣਗੇ ਹਰੇਕ ਮਨੁੱਖ ਭਾਵੇਂ ਉਹ 20 ਸਾਲ ਦਾ ਐ ਭਾਵੇਂ 50 ਸਾਲ ਦਾ ਐ ਭਾਵੇਂ ਅੱਜ ਰੋਟੀ ਖਾ ਰਿਹਾ ਐ ਭਾਵੇਂ ਨਹੀਂ ਖਾ ਰਿਹਾ ਇੱਕੋ ਆਸ ਵਿੱਚ ਜੀ ਰਿਹਾ ਐ ਚੰਗੇ ਦਿਨ ਆਉਣਗੇ ਇਹਦਾ ਮਤਲਬ ਜੋ ਕੁਝ ਹੁਣ ਜੀ ਰਿਹਾ ਉਹ ਤੇ ਚੰਗਾ ਨਹੀਂ ਹੈ ਹਰ ਇੱਕ ਮਨੁੱਖ ਦੀ ਇੱਕ ਹੀ ਆਸ ਹੈ ਬਸ ਚੰਗਾ ਆਏਗਾ ਚੰਗਾ ਸਮਾਂ ਵੀ ਆਏਗਾ ਇਹਦਾ ਮਤਲਬ ਹੁਣ ਚੰਗਾ ਨਹੀਂ ਹੈ ਮਨੁੱਖੀ ਕੁਲ ਜੋ ਕੁਝ ਹੈ ਉਹ ਇਹਨੂੰ ਭੁੱਲ ਚੁਕਿਆ ਇਸ ਕਰਕੇ ਇਹ ਸਮਾਂ ਤੇ ਇਹਦਾ ਚੰਗਾ ਨਹੀਂ ਹੈ ਪਰ ਯਾਦ ਰੱਖਣਾ ਸਾਧ ਸੰਗਤ ਜ਼ਿੰਦਗੀ ਚਲੀ ਜਾਣੀ ਹੈ ਚੰਗਾ ਸਮਾਂ ਕਦੇ ਆਉਣਾ ਹੀ ਨਹੀਂ ਚੰਗਾ ਸਮਾਂ ਕਿਹੋ ਜਿਹਾ ਆਏਗਾ ਇਹ ਤੇ ਮਨੁੱਖ ਨੂੰ ਪਤਾ ਹੀ ਨਹੀਂ ਚੰਗੇ ਸਮਨ ਦੀ ਡੈਫੀਨੇਸ਼ਨ ਕੀ ਹੋਏਗੀ ਜਿਹੜਾ ਚੰਗਾ ਸਮਾਂ ਮਨੁੱਖ ਭਾਲ ਰਿਹਾ ਹੈ ਪਹਿਲਾਂ ਇੱਕ ਸਮਾਂ ਐਸਾ ਸੀ ਘਰ ਨਹੀਂ ਸੀ ਕਹਿੰਦਾ ਘਰ ਮਿਲੇਗਾ ਤੇ ਚੰਗਾ ਸਮਾਂ ਆਏਗਾ ਉਹ ਤੇ ਮਿਲ ਗਿਆ ਹਜੇ ਤੇ ਨਹੀਂ ਆਇਆ ਹੁਣ ਅੱਗੇ ਚੱਲ ਪਿਆ ਹੁਣ ਕਿਤੇ ਕਾਰ ਗੱਡੀ ਮਿਲ ਜਾਏਗੀ ਵੱਡੀ ਚੰਗਾ ਸਮਾਂ ਆ ਜਾਏਗਾ ਉਹ ਤੇ ਮਿਲ ਗਈ ਹੈ ਚੰਗਾ ਸਮਾਂ ਤੇ ਨਹੀਂ ਆਇਆ ਹਜੇ ਵੀ ਦੁਖੀ ਹੈ ਇਹ ਨਹੀਂ ਪਤਾ ਦੁੱਖ ਕਿਸ ਚੀਜ਼ ਦਾ ਹੈ ਇਹ ਕਾਰਨ ਨਹੀਂ ਪਤਾ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਤੇਰੇ ਪ੍ਰਾਣਾ ਦੇ ਵਿੱਚ ਪਿਆਸ ਤੇਰੀ ਤ੍ਰਿਪਤੀ ਉਸ ਦਿਨ ਹੀ ਹੋਣੀ ਹੈ ਇਹ ਜੀਵਾਤਮਾ ਤੇਰੀ ਤ੍ਰਿਪਤੀ ਉਸ ਦਿਨ ਹੀ ਹੋਣੀ ਹੈ ਜਿਸ ਦਿਨ ਤੂੰ ਪ੍ਰਮਾਤਮਾ ਨਾਲ ਮਿਲ ਪਈ ਉਹ ਤੋਂ ਬਿਨਾ ਤ੍ਰਿਪਤੀ ਨਹੀਂ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਹ ਮਨੁੱਖਾ ਜਨਮ ਉਦੋਂ ਤਈ ਮਨੁੱਖ ਨੂੰ ਮਿਲੇ ਆ ਤਾਂ ਜੋ ਇਹ ਪ੍ਰਮਾਤਮਾ ਨੂੰ ਮਿਲ ਸਕੇ ਜਦੋਂ ਤਈ ਨਹੀਂ ਮਿਲੇਗਾ ਦੁਬਾਰਾ ਦੁਬਾਰਾ ਜਨਮ ਹੈ ਦੁਬਾਰਾ ਦੁਬਾਰਾ ਮਰਨ ਹੈ ਇਹ ਨਹੀਂ ਹੈ ਇੱਥੇ ਨਹੀਂ ਆਏਗਾ ਆਉਣਾ ਪੈਂਦਾ ਹੈ ਇਸ ਕਰਕੇ ਬਾਣੀ ਤੇ ਇਹ ਕਹਿੰਦੀ ਹੈ ਪ੍ਰਮਾਤਮਾ ਨੇ ਤੈਨੂੰ ਪੁੱਛ ਕੇ ਇੱਥੋਂ ਖੜਨਾ ਨਹੀਂ ਹੈ ਤੇ ਕਿਉਂਕਿ ਪੁੱਛ ਕੇ ਤੈਨੂੰ ਲੈ ਕੇ ਵੀ ਨਹੀਂ ਆਇਆ ਨਾਨਕ ਕਿਸ ਨੂੰ ਆਖੀ ਹੈ ਵਿਣ ਪੁੱਛਿਆ ਹੀ ਲੈ ਜਾਏ ਤੈਨੂੰ ਉਹਨੇ ਪੁੱਛਿਆ ਨਹੀਂ ਸੀ ਤੈਨੂੰ ਜਨਮ ਦੇਵਾ ਕੇ ਨਾ ਦੇਵਾ ਉਸੇ ਉਹਦੇ ਹੁਕਮ ਦੇ ਅਧੀਨ ਤੇਰਾ ਜਨਮ ਹੋਇਆ ਉਸ ਹੁਕਮ ਦੇ ਅਧੀਨ ਮਨੁੱਖ ਬੰਦਗੀ ਕਰ ਸਕਦਾ ਹੈ ਜੇ ਬੰਦਗੀ ਨਹੀਂ ਕਰੇਗਾ ਇਹ ਮਨੁੱਖਾ ਜਨਮ ਬਿਰਥਾ ਹੀ ਚਲਾ ਜਾਏਗਾ ਹਰ ਟਿੰਡ ਕਿਉਂ ਆਵਣ ਜਾਣਾ ਉੱਚ ਨੀਜ ਫਲ ਕਰਨ ਭਿਆਨਾ ਜਿਵੇਂ ਪਹਿਲੇ ਸਮੇਂ ਚ ਖੂ ਹੁੰਦੇ ਸੀ ਖੂਆਂ ਦੇ ਉੱਤੇ ਹਰਟਾਂ ਲੱਗੀਆਂ ਹੁੰਦੀਆਂ ਸੀ ਟਿੰਡਾਂ ਟਿੰਡਾਂ ਲੱਗੀਆਂ ਹੁੰਦੀਆਂ ਸੀ ਉਹ ਪਹਿਲਾਂ ਇੱਕ ਉਹੀ ਟਿੰਡ ਹੁੰਦੀ ਸੀ ਪਹਿਲਾਂ ਉੱਤੇ ਪਾਣੀ ਭਰ ਕੇ ਲਈ ਫਿਰ ਥੱਲੇ ਚਲੀ ਜਾਂਦੀ ਐਵੇਂ ਘੁੰਮਦੀਆਂ ਰਹਿੰਦੀਆਂ ਸਨ ਬਾਰ-ਬਾਰ ਕਦੇ ਉੱਤੇ ਆਉਂਦੀਆਂ ਸਨ ਕਦੇ ਥੱਲੇ ਐਵੇਂ ਟਿੰਡਾਂ ਘੁੰਮਦੀਆਂ ਰਹਿੰਦੀਆਂ ਸਨ ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਬਾਰ-ਬਾਰ ਜਿਵੇਂ ਟਿੰਡਾਂ ਖੁਦ ਉੱਤੇ ਜਾਂਦੀਆਂ ਨੇ ਥੱਲੇ ਜਾਂਦੀਆਂ ਨੇ ਐਵੇਂ ਮਨੁੱਖ ਦੇ ਜਿੰਨੇ ਕ ਕਰਮ ਹੋਣਗੇ ਉਹੋ ਜਿਹੇ ਨੂੰ ਜਨਮ ਮਿਲਦਾ ਰਹੇਗਾ ਕਦੇ ਕੋਈ ਕੀੜੇ ਦਾ ਜਨਮ ਮਿਲ ਗਿਆ ਕਦੇ ਮੱਖੀ ਦਾ ਮਿਲ ਗਿਆ ਕਿਸੇ ਦਰਖਤ ਦੇ ਜੂਨੀ ਵਿੱਚ ਪੈ ਗਿਆ ਕਿਤੇ ਪਹਾੜਾਂ ਦੀ ਜੂਨੀ ਵਿੱਚ ਪੈ ਗਿਆ ਕਿਤੇ ਮੀਨ ਦੀ ਜੂਨੀ ਵਿੱਚ ਪੈ ਗਿਆ ਕਿਤੇ ਸ਼ੇਰ ਦੀ ਜੂਨੀ ਵਿੱਚ ਜੂਨੀਆਂ ਮਿਲਦੀਆਂ ਰਹਿਣਗੀਆਂ ਸਰੀਰ ਇਹ ਵਾਲਾ ਨਹੀਂ ਮਿਲੇਗਾ ਸਰੀਰ ਤੇ अवश्य ਮਿਲੇਗਾ ਐਸੀ ਗੱਲ ਨਹੀਂ ਹੈ ਪਰਮਾਤਮਾ ਨਿਆ ਕਰੀ ਮੈਂ ਉਸ ਦਿਨ ਬੇਨਤੀ ਕੀਤੀ ਸਾਧ ਸੰਗਤ ਪਰਮਾਤਮਾ ਤੇ ਮਨੁੱਖ ਤੇ ਇੰਨਾ ਵੱਡਾ ਉਦਮ ਤੇ ਪਰਮਾਤਮਾ ਮਨੁੱਖ ਤੇ ਇਡੀ ਕਿਰਪਾ ਕਰਦਾ ਹੈ ਉਹ ਇਹਦੀਆਂ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ ਹੁਣ ਕੀ ਕਰੀਏ ਮਨੁੱਖ ਜਦੋਂ ਅੰਤ ਸਮੇਂ ਤੇ ਆਉਂਦਾ ਇੱਛਾਵਾਂ ਤੇ ਉਦੋਂ ਵੀ ਰਹਿ ਜਾਂਦੀਆਂ ਨੇ ਫਿਰ ਉਹ ਕੀ ਕਰਦਾ ਹੈ ਉਹ ਏਡੀ ਕਿਰਪਾ ਕਰਦਾ ਜੈਸੀ ਇਹਦੀ ਇੱਛਾ ਹੈ ਉਹੋ ਜੀ ਇਹਨੂੰ ਜਨਮ ਦੇ ਦਿੰਦਾ ਜੇਦੀ ਇੱਛਾ ਮਾਇਆ ਦੀ ਰਹਿ ਗਈ ਹੈ ਹਰ ਹਰ ਥਾਂ ਤੋਂ ਮਾਇਆ ਇਕੱਠੀ ਕਰਨ ਦੀ ਇੱਛਾ ਰਹਿ ਗਈ ਫਿਰ ਉਹਨੂੰ ਸੱਪ ਦੀ ਜੁਨੀ ਦੇ ਦਿੰਦਾ ਹੈ ਫਿਰ ਕਰੀ ਜਾਂਦਾ ਇਕੱਠੀਆਂ ਆਪਣਾ ਹਿਸਾਬ ਲਗਾ ਹੀ ਰੱਖਦਾ ਹੈ ਅੱਜ ਕਰਨ ਦੀ ਜੁਨੀ ਵਿੱਚ ਪੈ ਗਿਆ ਤੇ 500 ਸਾਲ ਤੇ ਉੱਥੇ ਪਿਆ ਨਿਕਲ ਜਾਣੇ ਨੇ ਕਰੀ ਜਾਏਗਾ ਇਕੱਠੀ ਹੋਰ ਵੀ ਜੈਸੀ ਇਹਦੀ ਇੱਛਾ ਰਹਿ ਜਾਏਗੀ ਵੈਸਾ ਇਹਨੂੰ ਜਨਮ ਮਿਲੇਗਾ ਜ਼ਰੂਰ ਐਸੀ ਗੱਲ ਨਹੀਂ ਹੈ ਜਨਮ ਮਿਲਣਾ ਜ਼ਰੂਰ ਹੈ ਇਸ ਕਰਕੇ ਮਹਾਰਾਜ ਜਿਵੇਂ ਖੂ ਦੇ ਉੱਤੇ ਲੱਗੀਆਂ ਟਿੰਡਾਂ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ ਨੇ ਐਸੇ ਤਰੀਕੇ ਨਾਲ ਮਨੁੱਖ ਨੂੰ ਦੁਬਾਰਾ ਦੁਬਾਰਾ ਜਨਮ ਇਸ ਦੁਨੀਆ ਤੇ ਮਿਲਦਾ ਰਹਿੰਦਾ ਹੈ ਸਾਤ ਨਾਮ ਤੁਮ ਰਿਦਾ ਬਸਾਓ ਮਾਨਕੇ ਸਕਲ ਵਿਕਾਰ ਨਸਾਵੋ ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਸਤਨਾਮ ਉਹ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਟਿਕਾਓ ਉਹ ਪ੍ਰਮਾਤਮਾ ਦੀ ਬੰਦਗੀ ਨੂੰ ਟਿਕਾਓ ਉਹਦੀ ਯਾਦ ਟਿਕਾਓ ਉਹਦੀ ਯਾਦ ਟਿਕਾਉਣ ਦਾ ਮਤਲਬ ਆਪਣੇ ਆਪ ਨੂੰ ਖਤਮ ਕਰੋ ਤੂੰ ਕੁਝ ਵੀ ਨਹੀਂ ਸਭ ਗੋਬਿੰਦ ਹੈ ਉਹਦੀ ਯਾਦ ਟਿਕਾਓ ਜਿਵੇਂ ਜਿਵੇਂ ਮਨੁੱਖ ਸਤਨਾਮ ਦੇ ਵਿੱਚ ਜਾਏਗਾ ਜਿਵੇਂ ਜਿਵੇਂ ਬੰਦਗੀ ਵਿੱਚ ਜਾਏਗਾ ਜਿਵੇਂ ਜਿਵੇਂ ਪਰਮਾਤਮਾ ਦੀ ਯਾਦ ਗਹਿਰੀ ਹੁੰਦੀ ਰਹੇਗੀ ਮਨੁੱਖ ਦਾ ਹੰਕਾਰ ਟੁੱਟਦਾ ਰਹੇਗਾ ਸਾਧ ਸੰਗ ਜਿਵੇਂ ਜਿਵੇਂ ਦੁਨੀਆਂ ਦੀ ਯਾਦ ਗਹਿਰੀ ਹੁੰਦੀ ਰਹਿੰਦੀ ਹੈ ਮਨੁੱਖ ਦਾ ਹੰਕਾਰ ਵੱਡਾ ਹੁੰਦਾ ਜਾਂਦਾ ਹੈ ਜਿਵੇਂ ਜਿਵੇਂ ਦੁਨੀਆਂ ਦੀ ਵਿੱਚ ਸੁਰਤ ਵੜਦੀ ਜਾਂਦੀ ਹੈ ਜਿਵੇਂ ਜਿਵੇਂ ਦੁਨੀਆਂ ਵਿੱਚ ਸੁਰਤ ਖੁੱਬੀ ਜਾਏਗੀ ਹੰਕਾਰ ਵੱਡਾ ਹੁੰਦਾ ਜਾਏਗਾ ਜਿਵੇਂ ਜਿਵੇਂ ਸੁਰਤ ਪਰਮਾਤਮਾ ਦੇ ਵਿੱਚ ਖੁੱਬਦੀ ਜਾਏਗੀ ਜੀਵੇ ਜੀਵੇ ਸੁਰਤ ਪਰਮਾਤਮਾ ਵਿੱਚ ਚਲੀ ਜਾਏਗੀ ਹੰਕਾਰ ਛੋਟਾ ਹੁੰਦਾ ਜਾਏਗਾ ਇੱਕ ਦਿਨ ਤੇ ਐਸਾ ਆ ਜਾਏਗਾ ਮਨੁੱਖ ਕਹਿ ਦੇਗਾ ਮੈਂ ਕੁਝ ਵੀ ਨਹੀਂ ਹਾਂ ਸਭ ਗੋਬਿੰਦ ਹੈ ਐਸਾ ਕਹਿ ਦੇਗਾ ਮੈਂ ਕੁਝ ਵੀ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਵਿੱਚ ਮਨ ਹੈ ਇੱਕ ਸਾਈਡ 'ਚ ਆਤਮਾ ਹੈ ਇੱਕ ਸਾਈਡ 'ਚ ਸੰਸਾਰ ਹੈ ਹੁਣ ਮਨ ਤੁਰਦਾ ਜੇ ਸੰਸਾਰ ਵੱਲ ਨੂੰ ਤੁਰ ਪਿਆ ਤੁਰਦਾ ਰਹੇਗਾ ਅੰਗੇ ਤੋਂਗੇ ਯਾਦ ਗਹਿਰੀ ਹੋ ਜਾਏਗੀ ਬੜਾ ਤਕੜਾ ਹੋ ਜਾਏਗਾ ਪਰਮਾਤਮਾ ਨੂੰ ਪਹੁੰਚ ਜਾਏਗਾ ਇਧਰੋਂ ਫਿਰ ਯਾਦ ਇਹਦੀ ਚੱਲਦੀ ਹੈ ਆਤਮਾ ਵੱਲ ਨੂੰ ਚੱਲ ਪਿਆ ਫਿਰ ਇਹਨੂੰ ਸਮਾਜ ਭੁੱਲਣਾ ਬੰਦ ਹੋ ਜਾਏਗਾ ਸਮਾਜ ਬੰਦ ਹੋ ਜਾਏਗਾ ਫਿਰ ਸਿਰਫ ਪਰਮਾਤਮਾ ਰਹੇ ਜਾਏਗਾ ਇਸ ਕਰਕੇ ਬੁੱਲੇ ਸ਼ਾਹ ਨੂੰ ਕਿਸੇ ਪੁੱਛਿਆ ਰੱਬ ਰੱਬ ਕਿਵੇਂ ਮਿਲਦਾ ਹੈ ਰੱਬ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਬੁੱਲਾ ਕਹਿੰਦਾ ਬਿਲਕੁਲ ਆਸਾਨ ਹੈ ਰੱਬ ਪਾਉਣਾ ਕੋਈ ਮੁਸ਼ਕਿਲ ਹੈ ਕਹਿੰਦੇ ਬੁੱਲੇਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਉਧਰ ਲਾਉਣਾ ਰੱਬ ਦਾ ਕੀ ਪਾਉਣਾ ਹੈ ਕਹਿੰਦੇ ਕੋਈ ਵੱਡੀ ਗੱਲ ਹੈ ਰੱਬ ਦਾ ਪਾਉਣਾ ਇਧਰੋਂ ਮਨ ਨੂੰ ਪੁੱਟ ਦੁਨੀਆ ਵੱਲੋਂ ਪਰਮਾਤਮਾ ਵੱਲ ਲਗਾ ਲਾ ਰੱਬ ਉਧਰ ਨਹੀਂ ਮਿਲ ਜਾਏਗਾ ਬਸ ਇਧਰੋਂ ਪੁੱਟਣਾ ਕਿਹੜਾ ਸੌਖਾ ਹੀ ਹੈ ਸਿਆਣੇ ਕਹਿੰਦੇ ਨੇ ਇਧਰੋਂ ਪੁੱਟਣਾ ਕਿਹੜਾ ਸੌਖਾ ਹੀ ਹੈ ਇਧਰੋਂ ਪੁੱਟਦੇ ਆਂ ਤੇ ਟਾਈਮ ਲੱਗਦਾ ਹੈ ਉਧਰ ਤੇ ਫਿਰ ਟਾਈਮ ਨਹੀਂ ਲੱਗਦਾ ਇਧਰੋਂ ਪੁੱਟਿਆ ਜਾਏ ਜਦੋਂ ਇਹ ਮਨੁੱਖ ਬੰਦਗੀ ਵਿੱਚ ਬੈਠਦਾ ਹੈ ਦੁਨੀਆ ਦੇ ਯਾਦਾਂ ਸਤਾਉਂਦੀਆਂ ਨੇ ਦੁਨੀਆ ਦਾ ਭੈ ਸਤਾਉਂਦਾ ਹੈ ਦੁਨੀਆਂ ਦੀਆਂ ਇੱਛਾਵਾਂ ਸਤਾਉਂਦੀਆਂ ਨੇ ਡਰ ਸਤਾਉਂਦੇ ਨੇ ਮਨੁੱਖ ਦੇ 5 ਮਿੰਟ ਵੀ ਅੱਖਾਂ ਬੰਦ ਕਰਕੇ ਬੈਠਣਾ ਔਖਾ ਹੋ ਜਾਂਦਾ ਹੈ ਮਨੁੱਖ ਲਈ 5 ਮਿੰਟ ਵੀ बार-बार ਦਿਲ ਕਰਦਾ ਅੱਖਾਂ ਖੋਲ ਕੇ ਵੇਖ ਬਾਹਰ ਪਤਾ ਨਹੀਂ ਕੀ ਹੋ ਗਿਆ ਮਨ ਕਾਲਾ ਪੈਂਦਾ ਹੈ ਕਿਉਂਕਿ ਮਨੁੱਖ ਦੁਨੀਆਂ ਦੇ ਨਾਲ ਦੋ-ਦੋ ਘੰਟੇ ਬੈਠ ਸਕਦਾ ਹੈ ਆਪਣੇ ਨਾਲ ਇਹਦੇ ਕੋਲ 5 ਮਿੰਟ ਵੀ ਨਹੀਂ ਬੈਠਿਆ ਜਾਂਦਾ ਦੁਨੀਆਂ ਨਾਲ ਗੱਲ ਦੋ-ਦੋ ਘੰਟੇ ਹੋ ਸਕਦੀ ਹੈ ਆਪਣੇ ਆਪ ਨਾਲ ਗੱਲ 5 ਮਿੰਟ ਵੀ ਨਹੀਂ ਹੁੰਦੀ ਕਾਲਾ ਪੰਦੇ ਆਪੋ ਆਪਣੇ ਆਪਣੇ ਨਾਲ ਗੱਲ ਨਹੀਂ ਹੋਈ ਬਾਹਰ ਦੁਨੀਆ ਨਾਲ بڑے ਨਿਸ਼ਾਸਤਰ ਲਿਖ ਰਹੇ ਨੇ ਬਾਹਰ ਗੱਲਾਂ ਹੋ ਰਹੀਆਂ ਨੇ ਇਸ ਕਰਕੇ ਮਹਾਰਾਜ ਜੀ ਨੇ ਸਤਨਾਮ ਜਪੋ ਪ੍ਰਮਾਤਮਾ ਦੀ ਬੰਦਗੀ ਕਰੋ ਇਹਦੇ ਨਾਲ ਜਿਹੜਾ ਜਨਮ ਮਰਨ ਦਾ ਚੱਕਰ ਹੈ ਉਹ ਰੁਕ ਜਾਂਦਾ ਹੈ ਰਮ ਹੋ ਪ੍ਰੇਮ タルਪੁਰੁ ਕੁਦੇਸ ਕਟ ਹੋ ਵਿਕਟ ਪਪਾਟ ਕਲੇਸ ਇਸ ਕਰਕੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਲੱਗ ਜਾਓ ਉਸ ਦੀ ਬੰਦਗੀ ਵਿੱਚ ਲੱਗ ਜਾਓ ਤੇ ਜਿਹੜੇ ਕਲੇਸ਼ਾਂ ਦੇ ਕਪਾਟ ਨੇ ਉਹਨਾਂ ਨੂੰ ਖਤਮ ਕਰੋ ਉਹਦੇ ਜਿਹੜੇ ਵੀ ਕਪਾਟ ਨੇ ਕਲੇਸ਼ਾਂ ਦੇ ਰੋਜ਼-ਰੋਜ਼ ਵੱਧ ਰਹੇ ਨੇ ਉਹਨਾਂ ਨੂੰ ਤੋੜੋ ਜਦੋਂ ਗੁਰਬਾਣੀ ਅਸੀਂ ਪੜ੍ਹਦੇ ਆ ਪਹਿਲੇ ਸੱٹے ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੀ ਪੌੜੀ ਦੇ ਵਿੱਚ ਉਹ ਕਹਿੰਦੇ ਨੇ ਕੇਵ ਸਚਿਆਰਾ ਹੋਈਐ ਕਿਉਂਕਿ ਮਨੁੱਖ ਦੀ ਮੰਜ਼ਲ ਕੀ ਹੈ ਸੱਚਿਆਰਾ ਹੋਣਾ ਪ੍ਰਮਾਤਮਾ ਦੇ ਨਾਲ ਮਿਲ ਕੇ ਪ੍ਰਮਾਤਮਾ ਵਰਗਾ ਹੋ ਜਾਣਾ ਇਸ ਕਰਕੇ ਜਿਹੜੇ ਪ੍ਰਮਾਤਮਾ ਨਾਲ ਮਿਲ ਜਾਂਦੇ ਨੇ ਨਾ ਉਹ ਪ੍ਰਮਾਤਮਾ ਵਰਗੇ ਹੋ ਜਾਂਦੇ ਨੇ ਜਿਵੇਂ ਪ੍ਰਮਾਤਮਾ ਨੂੰ ਕੋਈ ਚਿੰਤਾ ਨਹੀਂ ਉਹਨਾਂ ਨੂੰ ਵੀ ਕੋਈ ਚਿੰਤਾ ਨਹੀਂ ਕੋਈ ਡਰ ਨਹੀਂ ਪ੍ਰਮਾਤਮਾ ਨੂੰ ਕਿਸੇ ਦਾ ਕੋਈ ਡਰ ਨਹੀਂ ਜਿਹੜੇ ਪ੍ਰਮਾਤਮਾ ਨਾਲ ਜੁੜ ਗਏ ਨੇ ਉਹਨਾਂ ਨੂੰ ਵੀ ਕੋਈ ਡਰ ਨਹੀਂ ਇਹਨਾਂ ਬਾਣੀ ਦੇ ਸ਼ਬਦ ਹੁੰਦਾ ਹੈ ਇਹਨਾਂ ਨਾ ਵਿਸਰੇ ਨਾਮ ਸੇਕਨੇ ਹਿਆ ਵੇਦ ਨਾ ਜਾਣੂ ਮੂਲ ਸਾਈ ਜਿਹਿਆ ਰੱਬ ਨਿਰਭਉ ਹੈ ਉਹ ਵੀ ਨਿਰਭਉ ਨਹੀਂ ਰੱਬ ਨਿਰਵੈਰ ਹੈ ਉਹ ਵੀ ਨਿਰਵੈਰ ਨਹੀਂ ਕਮਾਲ ਦੀ ਗੱਲ ਤੇ ਇਹ ਹੈ ਇਸ ਦੁਨੀਆ ਤੇ ਕਿੰਨੇ ਅਤਿਆਚਾਰੀ ਲੋਕ ਵੀ ਨੇ ਸਾਨੂੰ ਲੱਗਦਾ ਕਿ ਡਾ ਅਤਿਆਚਾਰ ਕਰ ਰਿਹਾ ਪ੍ਰਮਾਤਮਾ ਨੂੰ ਮਾਰਦਾ ਕਿਉਂ ਨਹੀਂ ਬੜਾ ਅਤਿਆਚਾਰ ਕਰ ਰਿਹਾ ਪ੍ਰਸਾਦ ਸਤ ਗੁਰਬਾਣੀ ਕਹਿੰਦੀ ਹੈ ਪ੍ਰਮਾਤਮਾ ਤੇ ਕਰ ਆਸਨ ਡਿਠੋ ਚਾਓ ਪਰਮਾਤਮਾ ਦੇ ਤਮਾਸ਼ੇ ਨੂੰ ਵੇਖ ਕੇ ਹੱਸ ਰਿਹਾ ਹੈ ਕਿਉਂ ਹੱਸਦਾ ਕਿਉਂ ਹੈ ਉਹ ਇੱਕ ਭਗਤ ਵੀ ਇਸ ਤਮਾਸ਼ੇ ਨੂੰ ਵੇਖ ਕੇ ਹੱਸਦਾ ਹੈ ਕਰ ਉਹਨਾਂ ਨੂੰ ਪਤਾ ਹੈ ਇਹ ਅਤਿਆਚਾਰ ਤੇ ਕਰ ਰਿਹਾ ਹੈ ਪਰ ਇਹਨੂੰ ਇਹ ਨਹੀਂ ਪਤਾ ਇਹ ਧਰਤੀ ਤੇ ਧਰਮ ਦਾ ਰਾਜ ਹੈ ਇੱਕ ਦਿਨ ਆਪਣੇ ਫਸਾਏ ਹੋਏ ਆਪਣੇ ਪਾਏ ਹੋਏ ਜਾਲ ਦੇ ਵਿੱਚ ਇੱਕ ਦਿਨ ਇਹਨੇ ਆਪ ਹੀ ਫਸ ਜਾਣਾ ਹੈ ਆਪਣੇ ਕੀਤੇ ਆ ਕਰਮਾਂ ਦਾ ਲੇਖਾ ਇਹਨੂੰ ਆਪ ਹੀ ਦੇਣਾ ਪੈਣਾ ਜੋ ਕੁਛ ਨੇ ਕੀਤੇ ਨੂੰ ਭੁਗਤਣਾ ਤੇ ਪੈਣਾ ਹੀ ਹੈ ਮਹਾਰਾਜ ਕਿਨੇ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਜੇ ਕਿਤੇ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਨਾ ਕਰਦਾ ਇਹ ਦਿਨ ਦੇ ਵਿੱਚ ਜਿਉਣਾ ਵੀ ਇੱਕ ਜਾਲ ਮਨੁੱਖ ਆਪਣੇ ਵਾਸਤੇ ਬੁਣ ਰਿਹਾ ਹੈ ਰਾਤ ਵੀ ਇਹਦੇ ਲਈ ਜਾਲ ਹੈ ਇੱਕ ਇੱਕ ਘੜੀ ਜਾਲ ਬਣਦੀ ਜਾ ਰਹੀ ਹੈ ਮਨੁੱਖ ਰੋਜ਼ ਰੋਜ਼ ਇਸ ਜਾਲ ਦੇ ਵਿੱਚ ਫਸਦਾ ਜਾ ਰਿਹਾ ਹੈ ਜਿਹਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ ਤਹ ਡੁੱਬੀਐ ਮਨੁੱਖ ਰੋਜ਼ ਰੋਜ਼ ਫਸਦਾ ਜਾਂਦਾ ਹੈ ਇੱਕ ਦਿਨ ਐਸਾ ਹੋ ਜਾਏਗਾ ਇਹ ਜਾਲ ਬੜਾ ਗਹਿਰਾ ਹੋ ਜਾਏਗਾ ਇਹਨੂੰ ਤੋੜ ਪਾਣਾ ਬੜਾ ਮੁਸ਼ਕਲ ਹੋ ਜਾਣਾ ਹੈ ਮੁਸ਼ਕਲ ਹੀ ਨਹੀਂ ਅਸੰਭਵ ਹੋ ਜਾਣਾ ਹੈ ਜਾਲ ਕਿੰਨੇ ਵਿਛਾਇਆ ਆਪਣੇ ਆਪ ਬਾਹਰੋਂ ਕਿਸੇ ਨੇ ਜਾਲ ਨਹੀਂ ਵਿਛਾਇਆ ਆਪਣਿਆਂ ਕੀਤੇਆਂ ਕਰਮਾਂ ਦਾ ਜਾਲ ਮਨੁੱਖ ਆਪ ਵਿਛੋਂਦਾ ਹੈ ਬਾਹਰੋਂ ਕੋਈ ਜਾਲ ਵਿਛਾਉਣ ਨਹੀਂ ਆਇਆ ਮਹਾਰਾਤਾਈ ਕਹਿੰਦੇ ਨੇ ਜਾਲ ਤੇਰਾ ਵਿਛਿਆ ਹੋਇਆ ਹੈ ਫਿਰ ਦੋਸ਼ ਵੀ ਆਪਣੇ ਆਪ ਨੂੰ ਦੇ ਕਿਸੇ ਹੋਰ ਨੂੰ ਦੇਣ ਦੀ ਲੋੜ ਨਹੀਂ ਇਸ ਕਰਕੇ ਮਹਾਰਾਜ ਇਹ ਕਹਿੰਦੇ ਨੇ ਰੋਜ਼ ਰੋਜ਼ ਮਨੁੱਖ ਦੇ ਅੰਤਿਸ਼ ਕਰਨ ਤੇ ਮੈਲ ਵੱਧਦੀ ਜਾ ਰਹੀ ਹੈ ਜਿੰਨੀ ਦੇਰ ਮਹਾਰਾਤਾ ਇਹ ਕਹਿੰਦੇ ਨੇ ਵੈਸੇ ਤੇ ਮਨੁੱਖ ਅੱਧਾ ਘੰਟਾ ਨਾਮ ਜਪਦਾ ਹੋਏਗਾ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮੀ ਪਰ ਮਹਾਰਾਜ ਕਿਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇੱਕ ਘੜੀ ਵੀ ਪ੍ਰਮਾਤਮਾ ਦੀ ਯਾਦ ਭੁੱਲ ਜਾਏ ਇੰਨੇ ਵਿੱਚ ਹੀ ਵਿਕਾਰਾਂ ਦੇ ਢੇਰ ਲੱਗ ਜਾਂਦੇ ਨੇ ਚਿੱਤ ਵਿੱਚ ਤੇ ਜਿੰਨਾਂ ਨੂੰ ਸਦਾ ਹੀ ਭੁੱਲਿਆ ਹੋਇਆ ਫਰੀਦ ਸਾਹਿਬ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਉਹ ਦੁਹਾਗਣ ਨੂੰ ਜਾ ਕੇ ਪੁੱਛੋ ਤੁਹਾਨੂੰ ਨਿੰਦਰ ਕਿਵੇਂ ਆਉਂਦੀ ਹੈ ਉਹ ਕਹਿੰਦੇ ਮੈਂ ਤੇ ਥੋੜੇ ਸਮੇਂ ਵਾਸਤੇ ਪਰਮੇਸ਼ਰ ਨੂੰ ਭੁੱਲਿਆ ਮਨ ਵਿਚਲਿਤ ਹੋ ਗਿਆ ਏਡੀ ਪੀੜਾ ਲੱਗੀ ਪਰ ਉਹਨਾਂ ਦੁਹਾਗਣਾਂ ਨੂੰ ਪੁੱਛੋ ਜਿਨ੍ਹਾਂ ਕਦੇ ਰੱਬ ਦਾ ਨਾਂ ਹੀ ਨਹੀਂ ਲਿਆ ਉਹ ਕਵੇਂ ਦੁਨੀਆ 'ਚ ਜੀ ਰਹੇ ਨੇ ਕਵੇਂ ਜ਼ਿੰਦਗੀ ਬਸਰ ਕਰ ਰਹੇ ਹਨ ਐਵੇਂ ਸਮਝ ਲਓ ਇੱਕ ਮਨੁੱਖ ਬੜਾ ਅਮੀਰ ਹੋਏ ਉਹ ਐਸੀ ਬਸਤੀ ਦੇ ਵਿੱਚ ਚਲਾ ਜਾਏ ਜਿੱਥੇ ਲੋਕੀ ਕਲਕਲਾ ਰਹੇ ਹੋਣ ਬਿਲਕੁਲ ਨਿਰਤਨ ਹੋਣ ਗਲੀਆਂ ਹੋਣ ਹੀ ਨਾ ਲੋਕੀ ਕਿੱਕੜ ਦੇ ਵਿੱਚ ਹੀ ਪਏ ਨੇ ਕਹਿੰਦਾ ਕਿਵੇਂ ਤੁਸੀਂ ਜੀ ਰਹੇ ਹੋ ਕਿਵੇਂ ਤੁਹਾਡੀ ਜ਼ਿੰਦਗੀ ਚੱਲ ਰਹੀ ਹੈ ਐਵੇਂ ਉਹ ਭਗਤ ਕਹਿੰਦੇ ਨੇ ਇਹ ਲੋਕ ਕਿਵੇਂ ਜੀ ਰਹੇ ਨੇ ਪ੍ਰਮਾਤਮਾ ਤੋਂ ਬਿਨਾਂ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਨਿੰਦਰ ਕਿਵੇਂ ਆ ਰਹੀ ਹੈ ਇਸ ਕਰਕੇ ਸਾਧ ਸੰਗਤ ਰੋਜ਼ ਰੋਜ਼ ਮਨੁੱਖ ਆਪਣੇ ਕਰਮਾਂ ਦਾ ਜਾਲ ਵਿਛਾਈ ਜਾਂਦਾ ਕਿਉਂ ਕਿ ਇਹਦੇ ਸਿਰ ਦੇ ਉੱਤੇ ਗੁਰੂ ਪੀਰ ਦੇ ਕੋਈ ਸ਼ਬਦ ਨਹੀਂ ਹਨ ਪ੍ਰਮਾਤਮਾ ਦਾ ਡਰ ਇਸ ਨੂੰ ਨਹੀਂ ਹੈ ਮਨੁੱਖ ਜਿੰਨੇ ਵੀ ਵਕਾਰ ਕਰਦਾ ਹੈ ਪਰਮਾਤਮਾ ਨੂੰ ਭੁਲਾ ਕੇ ਕਰਦਾ ਹੈ ਉਵੇਂ ਨਹੀਂ ਕਰਦਾ ਜਿਹਨੂੰ ਪਰਮਾਤਮਾ ਯਾਦ ਹੈ ਉਹ ਗਲਤੀ ਕਰੇਗਾ ਹੀ ਨਹੀਂ ਗਲਤੀ ਕਰਦਾ ਹੀ ਉਹ ਹੈ ਜਿਹਦੇ ਸਿਰ ਤੋਂ ਪਰਮਾਤਮਾ ਦਾ ਡਰ ਨਿਕਲ ਜਾਂਦਾ ਜਿਵੇਂ ਜਿਵੇਂ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਆਪਣੇ ਆਪ ਨੂੰ ਕੁਝ ਸਮਝਦਾ ਹੈ ਥੋੜੀ ਜੀ ਸ਼ਕਤੀ ਇਹਦੇ ਕੋਲ ਆ ਜਾਏਗੀ ਥੋੜੀ ਮਾਇਆ ਆ ਜਾਏ ਥੋੜਾ ਸ਼ਰੀਰਿਕ ਬਲ ਆ ਜਾਏ ਫੜਾ ਬੱਚੇ ਕਿਤੇ ਅੱਗੇ ਕਾਮਯਾਬ ਹੋ ਜਾਣ ਫਿਰ ਇਹ ਜਿਹੜੀਆਂ ਗੱਲਾਂ ਕਰੇਗਾ ਇਹਦਾ ਫਾਇਦਾ ਬਣਦੀ ਜਾਏਗੀ ਜੋ ਜੋ ਇਹਨੇ ਕਰਮ ਕਰਨੇ ਨੇ ਭਾਵੇਂ ਆਪ ਕੀਤੇ ਨੇ ਭਾਵੇਂ ਕਿਸੇ ਦੇ ਨਾਲ ਲੱਗ ਕੇ ਕੀਤੇ ਨੇ ਜੋ ਜੋ ਇਹਨੇ ਕਰਨਾ ਹੈ ਇਹਨੂੰ ਭੁਗਤਣਾ ਪੈਣਾ ਹੈ ਇਸ ਕਰਕੇ ਮਹਾਰਾਜ ਦੀ ਬਾਣੀ ਦੇ ਵਿੱਚ ਕਹਿੰਦੇ ਨੇ ਆਸਾ ਦੀ ਵਾਰ ਚ ਕਹਿੰਦੇ ਚਿੰਤਾ ਨਾ ਕਰ ਮਨੁੱਖ ਲਿਖ ਨਾਵੇ ਧਰਮ ਬਹਾਲਿਆ ਮਹਾਰਾਜ ਬਾਣੀ ਕੇ ਨਾਨਕ ਜੀ ਉਪਾਏ ਕੈ ਲਖਨਾਵੇ ਧਰਮ ਬਹਾਲਿਆ ਇਸ ਦੁਨੀਆ ਦੇ ਉੱਤੇ ਰਾਜ ਧਰਮ ਦਾ ਹੈ ਹਰ ਇੱਕ ਚੀਜ਼ ਮਨੁੱਖ ਦੀ ਲੇਖੇ ਵਿੱਚ ਹੈ ਹਰ ਇੱਕ ਚੀਜ਼ ਨੋਟ ਵਿੱਚ ਹੈ ਉਸ ਤੋਂ ਬਾਹਰ ਕੁਝ ਨਹੀਂ ਜੋ ਕੁਛ ਨੇ ਬੋਲਣਾ ਹੈ ਕਿਸੇ ਨੂੰ ਵੀ ਬੋਲੇ ਜੋ ਕੁਛ ਨੇ ਸੋਚਣਾ ਹੈ ਜੋ ਵੀ ਕਿਰਤ ਕਰਮ ਕਰਨੇ ਨੇ ਉਹ ਇਹਦੇ ਸਾਰੇ ਲੇਖੇ ਵਿੱਚ ਨੇ ਜੇ ਮਾੜੇ ਕਰੇਗਾ ਅੰਤਿਸ਼ ਕਰਨ ਮੇਲਾ ਹੋ ਜਾਏਗਾ ਵਾਸ਼ਨਾ ਵੱਧਦੀ ਜਾਏਗੀ ਔਰ ਉਹ ਜਿਹੜੀ ਵਾਸ਼ਨਾ ਹੈ ਦੁਬਾਰਾ ਦੁਬਾਰਾ ਇਸ ਜਨਮ ਤੇ ਮਰਨ ਦਾ ਕਾਰਨ ਬਣਦੀ ਹੈ ਕਿਤ ਰਹਣੀ ਕੇ ਸਿੱਖਿਆਨ ਲੋਕ ਸਤ ਗੁਰੂ ਉਜਲਿਓ ਤੁਜਰਸ ਲੋਕ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਾਂ ਦੀ ਰਹਿਣੀ ਕਿ ਐਸੀ ਹੋਣੀ ਚਾਹੀਦੀ ਹੈ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦਾ ਰਹਿਣਾ ਬਹਿਣਾ ਕਿਹਦਾ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਇੱਕ ਸ਼ਲੋਕ ਅੰਕਿਤ ਕੀਤਾ ਹੈ ਮਹਲਾ ਚੌਥਾ ਬੋਲ ਸਤਿਗੁਰ ਕਾ ਜੋ ਸਿਖ ਅਖਾਏ ਸੋ ਪਰਕੇ ਉਠ ਹਰ ਨਾਮ ਧਿਆਵੈ ਇੱਥੇ ਮਹਾਰਾਜ ਕਹਿੰਦੇ ਨੇ ਜੇ ਕੋਈ ਮਨੁੱਖ ਕਿਸੇ ਗੁਰੂ ਪੀਰ ਦਾ ਸਿੱਖ ਕਹਾਉਂਦਾ ਹੈ ਜਾਂ ਗੁਰੂ ਦਾ ਸਿੱਖ ਕਹਾਉਂਦਾ ਹੈ ਕੋਈ ਵੀ ਉਦੀ ਪਹਿਲੀ ਰਾਣੀ ਰਹਿਣੀ ਕੀ ਹੈ ਕਿਉਂਕਿ ਸਾਸ ਸਗਨ ਨੇ ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਹੈ ਅਸਲ ਦੇ ਵਿੱਚ ਡਾਕਟਰ ਦੇ ਘਰ ਜਨਮ ਕਿਸੇ ਬੱਚੇ ਨੇ ਲਿਆ ਹੈ ਉਹ ਡਾਇਰੈਕਟਲੀ ਡਾਕਟਰ ਨਹੀਂ ਹੈ ਵਕੀਲ ਦੇ ਘਰ ਕਿਸੇ ਨੇ ਜਨਮ ਲਿਆ ਹੈ ਉਹ ਡਾਇਰੈਕਟਲੀ ਵਕੀਲ ਨਹੀਂ ਹੈ ਇਹ ਤੇ ਗੁਰੂ ਨਾਨਕ ਸਾਹਿਬ ਨੇ ਵਰਣ ਵਰਸਤਾ ਤੋੜੀ ਵਰਣਵੰਡ ਕੀ ਸੀ ਪੰਡਤ ਦੇ ਘਰ ਜਨਮ ਲਿਆ ਭਾਵੇਂ ਪੜਿਆ ਭਾਵੇਂ ਉਹਦਾ ਆਚਰਣ ਚੰਗਾ ਹੈ ਭਾਵੇਂ ਨਹੀਂ ਹੈ ਉਹ ਪੰਡਤ ਹੈ ਸ਼ੁੱਧਰ ਦੇ ਘਰ ਜਨਮ ਲੈ ਲਿਆ ਐਸਾ ਵਰਣ ਵਰਸਤਾ ਸੀ ਵਰਣ ਵਿਵਸਥਾ ਐਸੀ ਬਣਾਈ ਹੋਈ ਸੀ ਕੋਈ ਐਸੀ ਸ਼ੁੱਧਰ ਕੁੱਲ ਬਣਾਈ ਹੋਈ ਸੀ ਉਹਦੇ ਘਰ ਜਨਮ ਲੈ ਲਿਆ ਭਾਵੇਂ ਉਹਦੀ ਬੁੱਢੀ ਬੁੱਢੀ ਜਿੰਨੀ ਮਰਜੀ ਵੱਡੀ ਹੈ ਨਹੀਂ ਇਹ ਸ਼ੁੱਧਰ ਹੀ ਰਹੇਗਾ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਕੋਈ ਜਾਤ ਪਾਤ ਨਹੀਂ ਹੈ ਤੇ ਉਪਦੇਸ਼ ਚੋਂ ਉਹਨਾਂ ਨੂੰ ਸਾਂਝਾ ਦਿੱਤਾ ਤੇ ਉਹਨਾਂ ਕਿਹਾ ਇਸ ਕਰਕੇ ਬਾਣੀ ਦੇ ਵਿੱਚ ਗੁਰੂ ਬਾਣੀ ਦੇ ਵਿੱਚ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ ਰਹਿਣੀ ਦਾ ਮਤਲਬ ਕੀ ਹੈ ਜੇ ਉਹਦੇ ਕੋਲ ਚੋਰੀ ਨਹੀਂ ਚਕਾਰੀ ਨਹੀਂ ਸਤ ਸੰਤੋਖ ਦਇਆ ਧਰਮ ਹੈ ਇਹਨੂੰ ਰਹਿਣੀ ਕਹਿੰਦੇ ਨੇ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਜਿਹੜਾ ਸਿੱਖ ਹੁੰਦਾ ਉਹਦੀ ਪਹਿਲੀ ਗੱਲ ਕੀ ਹੋਣੀ ਚਾਹੀਦੀ ਹੈ ਅਖਵਾਉਂਦਾ ਹੈ ਜਿਹੜਾ ਸਵੇਰੇ ਉੱਠ ਕੇ ਪ੍ਰਮਾਤਮਾ ਦੀ ਬੰਦਗੀ ਕਰੇ ਸਿਰਫ ਪਿਆ ਹੀ ਨਾ ਰਹੇ ਬੰਦਗੀ ਕਰੇ ਪ੍ਰਮਾਤਮਾ ਦੀ ਜੇ ਬੰਦਗੀ ਨਹੀਂ ਕਰ ਰਿਹਾ ਕਰ ਰਿਆ ਮਾਫ ਕਰਨਾ ਫਿਰ ਸਿੱਖੀ ਦੇ ਨੇੜੇ ਤੇੜੇ ਵੀ ਨਹੀਂ ਹੈ ਹੋ ਸਕਦਾ ਹੈ ਵਰਣ ਵਿਵਸਥਾ ਆਪਣੀ ਬਣਾਈ ਹੋਈ ਐ ਸਿੱਖ ਕੋਈ ਕਹਿੰਦਾ ਮੈਂ ਹਿੰਦੂ ਆ ਕੋਈ ਕਹਿੰਦਾ ਮੁਸਲਮਾਨ ਆ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਤੂੰ ਮੁਸਲਮਾਨ ਐ ਨਾ ਹਿੰਦੂ ਐ ਨਾ ਸਿੱਖ ਐ ਜੇ ਕਿਸੇ ਗੁਰੂ ਪੀਰ ਦੀ ਗੱਲ ਹੀ ਨਹੀਂ ਮੰਨਦਾ ਤੂੰ ਤੇ ਕੁਝ ਵੀ ਨਹੀਂ ਹੈ ਬਾਕੀ ਤੇ ਗੱਲ ਹੀ ਛੱਡ ਅਸਲ ਦੇ ਵਿੱਚ ਗੱਲ ਤੇ ਮਹਾਰਾਜ ਕਹਿੰਦੇ ਨੇ ਜੇ ਤੂੰ ਸਿੱਖ ਐ ਫਿਰ ਬੰਦਗੀ ਜ਼ਰੂਰ ਕਰਦਾ ਹੋਏਗਾ ਸਵੇਰੇ ਉੱਠ ਕੇ ਪਹਿਲੇ ਸਮੇਂ ਚ ਇਹ ਹੀ ਵਿਵਸਥਾ ਚੱਲਦੀ ਸੀ ਇਸ ਕਰਕੇ ਮਾਫ ਕਰਨਾ ਸਿੱਖ ਦੇ ਘਰ ਦੇ ਕਿਸੇ ਨੇ ਜਨਮ ਲੈ ਲਿਆ ਉਹ ਸਿੱਖ ਨਹੀਂ ਹੈ ਸਿੱਖ ਉਸ ਦਿਨ ਬਣੇਗਾ ਜੇ ਉਹ ਸਿੱਖਿਆ ਤੇ ਚੱਲੇਗਾ ਉਸ ਤੋਂ ਬਿਨਾ ਕੀ ਸਿੱਖਿਆ ਜੇ ਬੰਦਗੀ ਨਹੀਂ ਕੀਤੀ ਗੱਲ ਗੁਰੂ ਦੀ ਮੰਨੀ ਨਹੀਂ ਤੇ ਫਿਰ ਕਾਹਦਾ ਸਿੱਖ ਹੋਇਆ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਪਹਿਲੀ ਰਹਿਣੀ ਤੇ ਇਹ ਹੈ ਜੇ ਉਹ ਸਵੇਰੇ ਉੱਠ ਕੇ ਬੰਦਗੀ ਕਰਦਾ ਫਿਰ ਤੇ ਉਹ ਸਿੱਖ ਹੈ ਨੀtheta ਯਾਦ ਰੱਖਣਾ ਹਜੇ ਨਾਮ ਹੀ ਅੱਗੇ ਲਾਇਆ ਹੈ ਹੈ ਕੁਝ ਵੀ ਨਹੀਂ ਹੈ ਐਵੇਂ ਸਮਝ ਲਾ ਫਿਰ ਹਜੇ ਉਹ ਵਰਣ ਵਿਵਸਥਾ ਦੇ ਵਿੱਚ ਪਿਆ ਹੋਇਆ ਹੈ ਜਿਵੇਂ ਕਹਿੰਦੇ ਸੀ ਬ੍ਰਾਹਮਣ ਦੇ ਘਰ ਜਨਮ ਲਾਇਆ ਬ੍ਰਾਹਮਣ ਬਣ ਗਿਆ ਭਾਈ ਐਵੇਂ ਕਿਵੇਂ ਬਣ ਗਿਆ ਕੋਈ ਵਿਦਿਆ ਨਹੀਂ ਕੋਈ ਪ੍ਰਮਾਤਮਾ ਦਾ ਨਾਮ ਨਹੀਂ ਕੋਈ ਪ੍ਰਮਾਤਮਾ ਨੂੰ ਕਦੇ ਸੋਚਿਆ ਨਹੀਂ ਉਹਦੇ ਬਾਰੇ ਜਾਣਿਆ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਪਹਿਲਾ ਕੰਮ ਮਨੁੱਖ ਦਾ ਸਵੇਰੇ ਉੱਠ ਕੇ ਬੰਦਗੀ ਕਰਨਾ ਹੈ ਉਦਮ ਕਰੇ ਪਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਕਹਿੰਦੇ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਦਾ ਹੈ ਇੱਥੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਅੰਮ੍ਰਿਤ ਸਰਨਾਵੇ ਦਾ ਮਤਲਬ ਸਤ ਸੰਗਤ ਵੀ ਕੀਤਾ ਦੂਜੀ ਗੱਲ ਇਹ ਹੈ ਅੰਮ੍ਰਿਤ ਸਰਨਾਵੇ ਭਾਵ ਆਪਣੇ ਅੰਤਰ ਆਤਮਾ ਦੇ ਵਿੱਚ ਇਕਾਗਰ ਹੋ ਜਾਏ ਆਪਣੇ ਨਿਜੀ ਸਰੂਪ ਦੇ ਨਾਲ ਜੁੜੇ ਇਸ਼ਨਾਨ ਕਰੇ ਬੰਦਗੀ ਕਰੇ ਜਾਂ ਸਤ ਸੰਗਤ ਰੂਪੀ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਤੇਲ ਵਿਕ ਪਾਪ ਤੋਖ ਲੈ ਜਾਵੇ ਫਿਰ ਉਸ ਦੇ ਨਾਲ ਹੋਵੇਗਾ ਕਿ ਮੰਨ ਲਓ ਜੇ ਬੰਦਗੀ ਕਰ ਵੀ ਲਈ ਫਿਰ ਹੋਵੇਗਾ ਕਿ ਮਹਾਰਾਜ ਕਹਿੰਦੇ ਨੇ ਉਸ ਦੇ ਨਾਲ ਫਿਰ ਜਿੰਨੇ ਵੀ ਪਾਪ ਨੇ ਜਿੰਨੇ ਵੀ ਮਾੜੇ ਕਰਮ ਨੇ ਉਹ ਸਾਰੇ ਖਤਮ ਹੋ ਜਾਣਗੇ ਕਿਲ ਵੀਖ ਪਾਪ ਦੋਖ ਸਭ ਲਹਿ ਜਾਵੇ ਲੈ ਜਾਣਗੇ ਬਿਨਾਂ ਬੰਦਗੀ ਤੋਂ ਪਾਪ ਲੈਂਦੇ ਨਹੀਂ ਹਨ ਬਾਹਰੀ ਤੌਰ ਤੇ ਮਨੁੱਖ দান ਕਰੇ ਬਾਹਰੀ ਤੌਰ ਤੇ ਸੇਵਾ ਕਰੇ ਉਹਦਾ ਬਸ ਇੰਨਾ ਹੀ ਫਲ ਹੈ ਇਸ ਨੂੰ ਉਹ ਪਰਮਾਤਮਾ ਨਾਲ ਜੋੜਨਗੇ ਬਸ ਇੰਨੀ ਗੱਲ ਹੈ ਮੁੱਖ ਸੇਵਾ ਇਸ ਦੁਨੀਆ ਤੇ ਬੰਦਗੀ ਕਰਨਾ ਹੈ ਬਸ ਸਤਗੁਰੂ ਕੀ ਟਹਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਇਹ ਸਭ ਤੋਂ ਵੱਡੀ ਸੇਵਾ ਹੈ ਇਸ ਤੋਂ ਵੱਡੀ ਸੇਵਾ ਦੁਨੀਆ ਤੇ ਕੋਈ ਨਹੀਂ ਹੈ ਕਿਉਂਕਿ ਇਹ ਮਨੁੱਖ ਨੇ ਆਪਣੇ ਅੰਤਰ ਆਤਮਾ ਨੂੰ ਠੀਕ ਕਰਨਾ ਇਹ ਤੋਂ ਆਪਣੇ ਆਪ ਦੀ ਸੇਵਾ ਹੈ ਜਿੰਨੀਆਂ ਬਾਹਰੀ ਤੌਰ ਤੇ ਸੇਵਾਵਾਂ ਕਰਦਾ ਹੈ ਗੁਰਦੁਆਰੇ ਚ ਕਰਦਾ ਹੈ ਮੰਦਰ ਵਿੱਚ ਕਰਦਾ ਹੈ ਮਸਜਿਦ ਵਿੱਚ ਕਰਦਾ ਹੈ ਦਾਨ ਪੁੰਨ ਕਰਦਾ ਹੈ ਇਹ ਸੇਵਾ ਗੁਰੂ ਰਾਮਦਾਸ ਜੀ ਨੇ ਉਹ ਦਿਨ ਵਿਖਿਆ ਸੀ ਸਾਖੀ ਆਈ ਸੀ ਮਹਾਰਾਜ ਕਹਿੰਦੇ ਬਾਹਰ ਦੀ ਜਿਹੜੀ ਸੇਵਾ ਹੈ ਇਹ ਸੇਵਾ ਮਨੁੱਖ ਦੇ ਅੰਦਰ ਭਾਉ ਪੈਦਾ ਕਰੇਗੀ ਪਰਮਾਤਮਾ ਦੇ ਪ੍ਰਤੀ ਭਾਉ ਪੈਦਾ ਹੋਏਗਾ ਨਿਮਰਤਾ ਆਏਗੀ ਫਿਰ ਉਸ ਨਿਮਰਤਾ ਦੇ ਨਾਲ ਅੰਦਰ ਗਿਆਨ ਪੈਦਾ ਹੋਏਗਾ ਜਿਵੇਂ ਅੰਦਰ ਸਮਝ ਆਏਗੀ ਸੋਝੀ ਆਏਗੀ ਉਹ ਜਿਹੜਾ ਗਿਆਨ ਫਿਰ ਮਨੁੱਖ ਨੂੰ ਮੁਕਤੀ ਦੇਵੇਗਾ ਮੁਕਤੀ ਕਿਤੋਂ ਦੇਵੇਗਾ ਇਹਦੇ ਬਣਾਏ ਹੋਏ ਬੰਧਨਾਵਾਂ ਚੋਂ ਮੁਕਤੀ ਦਾ ਮਤਲਬ ਇਹ ਨਹੀਂ ਸਰੀਰ ਦਾ ਖਤਮ ਹੋ ਜਾਣਾ ਮੁਕਤੀ ਨਹੀਂ ਹੈ ਸਰੀਰ ਦੇ ਆਪਾਂ ਕਹਿ ਦਿੰਦੇ ਆ ਫਲਾਣਾ ਚਲਾ ਗਿਆ ਮੁਕਤ ਹੋ ਗਿਆ ਨਹੀਂ ਮੁਕਤੀ ਤੇ ਜਿਉਂਦਿਆਂ ਜੀ ਹੁੰਦੀ ਹੈ ਮਨੁੱਖ ਦੀ ਇਸ ਕਰਕੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਮਨੁੱਖ ਦੇ ਜਿਹੜੇ ਦੋਖ ਤੇ ਪਾਪ ਲਹਿ ਜਾਂਦੇ ਹਨ ਫਿਰ ਚੜੇ ਦਿਵਸ ਕੁਰਬਾਨੀ ਗਾਵੇ ਬਹੰਦਿਆਂ ਉੱਠਦੇ ਹਰ ਨਾਮ ਅਧਿਆਵੇ ਫਿਰ ਜਦੋਂ ਦਿਨ ਚੜ ਜਾਂਦਾ ਹੈ ਫਿਰ ਵੀ ਜਿੱਥੇ ਕਿੱਥੇ ਜਾਏ ਅਸੀਂ ਵੇਖਿਆ ਜਾਂਦਾ ਹੈ ਅਕਸਰ ਦੁਨੀਆ ਦੇ ਵਿੱਚ ਕਿਉਂਕਿ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਹੌਲੀ-ਹੌਲੀ ਉਹ ਪਰੰਪਰਾਵਾਂ ਬਣ ਜਾਂਦੀਆਂ ਨੇ ਸਾਧ ਸੰਗਤ ਜੀਵੇਂ ਮਨੁੱਖ ਕੀ ਕਰਦਾ ਸਵੇਰੇ ਆਇਆ ਇੱਕ ਵਾਰੀ ਮੰਦਰ ਮਸਜਿਦ ਗੁਰਦੁਆਰੇ ਵਿੱਚ ਮੱਥਾ ਟੇਕਿਆ ਹੁਣ ਬਾਹਰ ਜਾਣਾ ਆਪਣੇ ਕੰਮ ਤੇ ਉੱਥੇ ਬਹਿ ਕੇ ਸਾਰਾ ਦਿਨ ਪ੍ਰਮਾਤਮਾ ਦੀ ਇੱਕ ਵੀ ਗੱਲ ਨਹੀਂ ਕਰਨੀ ਇਹਨੇ ਦਾ ਮਤਲਬ ਤੇ ਜੋ ਕੁਛ ਨੇ ਦੱਸਾਂ 15 ਮਿੰਟਾਂ ਚ ਕਮਾਇਆ ਉਹ ਵੀ ਕੁਝ ਨਹੀਂ ਰਿਹਾ ਮਤਲਬ ਇਹ ਹੈ ਜਿੱਥੇ ਵੀ ਬੈਠੇ 24 ਘੰਟੇ ਗੱਲ ਪ੍ਰਮਾਤਮਾ ਦੀ ਕਰੇ ਧਰਮ ਦੀ ਗੱਲ ਕਰੇ ਆ ਧਰਮ ਦੀ ਗੱਲ ਨਾ ਕਰੇ ਕਿਉਂਕਿ ਜਿਵੇਂ ਮਨੁੱਖ ਅ ਧਰਮ ਦੀ ਗੱਲ ਕਰਦਾ ਹੈ ਇਹਦੇ ਕਰਮ ਨਾ ਸੋਣੇ ਸ਼ੁਰੂ ਹੋ ਜਾਂਦੇ ਨੇ ਔਰ ਜਿਵੇਂ ਜਿਵੇਂ ਪ੍ਰਮਾਤਮਾ ਦੀ ਗੱਲ ਕਰਦਾ ਹੈ ਕਰਮ ਵਧਣੇ ਸ਼ੁਰੂ ਹੋ ਜਾਂਦੇ ਜਿਵੇਂ ਜਿਵੇਂ ਪ੍ਰਮਾਤਮਾ ਦੀ ਗੱਲ ਕਰੇਗਾ ਕਿਰਪਾ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਪ੍ਰਮਾਤਮਾ ਦੀ ਗੱਲ ਤੋਂ ਦੂਰ ਜਾਏਗਾ ਆਧਾਰਮਿਕ ਗੱਲ ਕਰੇਗਾ ਓਵੇਂ ਓਵੇਂ ਇਹਦੇ ਤੋਂ ਜਿਹੜਾ ਜਿੰਨੇ ਕਿੰਨੇ ਕਰਮ ਕਮਾਏ ਨੇ ਉਹਨਾਂ ਨੂੰ ਸਨ ਲੱਗ ਜਾਂਦੀ ਹੈ ਔਰ ਪ੍ਰਮਾਤਮਾ ਦਾ ਨਾਮ ਜਪਣ ਦੀ ਕਿੱਡੀ ਕਿਰਪਾ ਹੈ ਗੁਰਬਾਣੀ ਦੇ ਵਿੱਚ ਗਣਕਾ ਦਾ ਨਾਮ ਆਉਂਦਾ ਹੈ ਭਾਈ ਗੁਰਦਾਸ ਜੀ ਨੇ ਇੱਕ ਪੂਰੀ ਬਾਹਰ ਲਿਖੀ ਹੈ ਗਣਕਾ ਦੇ ਉੱਤੇ ਸਿਰਫ ਨਾਮ ਜਪਣ ਦੀ ਕਿੱਡੀ ਮਹਿਮਾ ਹੈ ਕਹਿੰਦੇ ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ ਕਿੱਡੀ ਵੱਡੀ ਪਾਪਨ ਹੈ ਪਾਪਾਂ ਦਾ ਗਲ ਵਿੱਚ ਹਾਰ ਹੀ ਪਰੋਤਾ ਹੋਇਆ ਹੈ ਦਿਨ ਰਾਤ ਪਾਪ ਕੁਮਾਰੀ ਹੈ ਇੱਕ ਦਿਨ ਕੋਈ ਉਹਦਾ ਪਿਛਲਾ ਕਰਮ ਐਸਾ ਜਾਗਿਆ ਉਹਦੇ ਵਿੱਚ ਕਹਿੰਦੇ ਨੇ ਇੱਕ ਸਾਧੂ ਗਣਕਾ ਦੇ ਘਰ ਆ ਕੇ ਪਹੁੰਚਿਆ ਸਵੇਰੇ ਸੇ ਆਵਾਜ਼ ਲਗਾਈ ਬਾਹਰੋ ਬੇਟਾ ਕੋਈ ਹੈ ਗਣਕਾ ਨੇ ਦਰਵਾਜ਼ਾ ਖੋਲ੍ਹਿਆ ਨਾਂ ਤੇ ਕੋਦ ਹੋਰ ਸੀ ਉਹਦਾ ਗਣਕਾ ਵੇਸ਼ਵਾ ਨੂੰ ਕਹਿੰਦੇ ਨੇ ਵੇਸ਼ਵਾ ਸੀ ਘਰ ਗਿਆ ਉਹਦੇ ਹੁਣ ਦਰਸ਼ਨ ਕਰਦੇ ਆ ਕਿਉਂਕਿ ਬੰਦਗੀ ਕਰਨ ਵਾਲੇ ਦਾ ਭਜਨ ਤੇ ਪ੍ਰਤਾਪ ਹੀ ਨਾ ਹੁੰਦਾ ਦਰਸ਼ਨ ਕੀਤੇ ਸੋਚਦੀ ਹੈ ਲੋਕ ਅੱਜ ਤੱਕ ਕਿਸੇ ਨੇ ਮੈਨੂੰ ਬੇਟਾ ਕਹਿ ਕੇ ਨਹੀਂ ਬੁਲਾਇਆ ਇਹਨੇ ਪਹਿਲੀ ਵਾਰੀ ਬੁਲਾਇਆ ਹੈ ਹੁਣ ਕਹਿੰਦੇ ਨੇ ਜਿਹੜਾ ਸਾਧੂ ਸੀ ਉਹਦੀ ਮਹਿਮਾ ਇਹ ਹੁੰਦੀ ਹੈ ਉਹ ਹਮੇਸ਼ਾ ਇਹ ਹੀ ਸੋਚਦਾ ਇਹਦਾ ਉਧਾਰ ਹੀ ਕਰਦੀਏ ਇਹਨੂੰ ਨਾਮ ਦੇ ਦਈਏ ਬੰਦਗੀ ਦੇ ਕਿਉਂਕਿ ਉਹਦੇ ਦਿਲ ਵਿੱਚ ਤਰਸ ਹੁੰਦਾ ਹੈ ਭਾਈ ਗੁਰਦਾਸ ਜੀ ਲੈਂਦੇ ਨੇ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਦਿੱਤੋਂਣ ਤੋਤਾ ਉਹਦੀ ਦੁਰਮਤ ਵੇਖ ਕੇ ਉਹ ਦਿਆਲ ਹੋ ਗਏ ਕਹਿੰਦੇ ਬੇਟਾ ਆ ਮੇਰੇ ਕੋਲ ਇੱਕ ਤੋਤਾ ਹੈ ਇਸ ਨੂੰ ਤੂੰ ਸਾਂਭ ਲਵੇਂਗੀ ਕਹਿੰਦੇ ਸੰਤ ਜੀ ਸਾਂਭ ਲਵਾਂਗੇ ਪਰ ਇਹ ਇਸ ਨੂੰ ਇੱਕ ਆਦਤ ਹੈ ਇਹਨੂੰ ਰਾਮ ਰਾਮ ਕਹਿਣ ਦੀ ਆਦਤ ਹੈ ਤੂੰ ਇਸ ਨੂੰ ਸਵੇਰੇ ਤੇ ਸ਼ਾਮ ਰਾਮ ਰਾਮ ਕਰਾਉਣਾ ਉਹ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਰੋਜ਼ ਜੋ ਸਵੇਰੇ ਉੱਠਦੀ ਹੈ ਉਹਨੂੰ ਬੋਲਦੀ ਗੰਗਾ ਰਾਮ ਬੋਲ ਰਾਮ ਰਾਮ ਉਹ ਫਿਰ ਬੋਲਦਾ ਰਾਮ ਰਾਮ ਰੋਜ਼ ਕਹਿੰਦੀ ਗੰਗਾ ਰਾਮ ਬੋਲ ਰਾਮ ਰਾਮ ਉਹ ਵੀ ਬੋਲਦਾ ਇਹ ਵੀ ਬੋਲਦੀ ਹੈ ਹਣ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕਿਰਨ ਹੁਣ ਭਾਵੇਂ ਉਹਨੂੰ ਨਾਮ ਦੀ ਮਹਿਮਾ ਪਤਾ ਹੈ ਭਾਵੇਂ ਨਹੀਂ ਪਤਾ ਜਿਵੇਂ ਇੱਕ ਮਨੁੱਖ ਨੂੰ ਬਦਾਮ ਖਵਾਈਏ ਭਾਵੇਂ ਉਹਨੂੰ ਬਦਾਮਾਂ ਦੇ ਫਾਇਦੇ ਪਤਾ ਨਹੀਂ ਭਾਵੇਂ ਨਹੀਂ ਪਤਾ ਨੇ ਅਸਰ ਤੇ ਉਹ ਕਰਨਗੇ ਕੋਈ ਪੋਸਟਿਕ ਚੀਜ਼ ਹੈ ਇੱਕ ਮਨੁੱਖ ਨੂੰ ਖਵਾਓ ਭਾਵੇਂ ਉਹਨੂੰ ਫਾਇਦੇ ਪਤਾ ਨਹੀਂ ਹੁਣ ਡਾਕਟਰ ਦੇ ਕੋਲ ਅਸੀਂ ਦਵਾਈ ਲੈਣ ਜਾਂਦੇ ਹਾਂ ਬਿਮਾਰ ਹੋਈਏ ਸਾਨੂੰ ਕਿਹੜਾ ਪਤਾ ਹੈ ਦਵਾਈ ਕੀ ਹੈ ਸਾਨੂੰ ਨਹੀਂ ਪਤਾ ਦਵਾਈ ਦੇ ਵਿੱਚ ਕੀ ਫਾਇਦੇ ਨੇ ਕੀ ਨੁਕਸਾਨ ਨੇ ਅਸੀਂ ਖਾਨੇ ਆ ਦਵਾਈ ਤੇ ਰਾਮ ਕਰਦੀ ਆ ਨਾ ਇਸ ਕਰਕੇ ਨਾਮ ਕੋਈ ਵੀ ਜਪੇ ਬਾਰੇ ਕਹਿੰਦੇ ਕੋਈ ਗਾਵੇ ਉਹ ਸੁਣੇ ਕੋਈ ਵੀ ਗਾਵੇ ਕੋਈ ਵੀ ਸੁਣੇ ਐਵੇਂ ਸਮਝ ਲਓ ਇੱਕ ਤਾਲਾ ਜਿਵੇਂ ਲੱਗਿਆ ਹੋਇਆ ਨਾ ਅੰਤਿਸ਼ ਕਰਨ ਨੂੰ ਨਾਮ ਤੇ ਇੱਕ ਚਾਬੀ ਹੈ ਤੇ ਚਾਬੀ ਕੋਈ ਵੀ ਲਾ ਲੇ ਚਾਬੀ ਕਿਸੇ ਦੀ ਨਾਮ ਤੇ ਇੱਕ ਚਾਬੀ ਹੈ ਪ੍ਰਮਾਤਮਾ ਦਾ ਦਰ ਖੁੱਲਦਾ ਹੈ ਨਾਮ ਦੀ ਚਾਬੀ ਨਾਲ ਤੇ ਚਾਬੀ ਕੋਈ ਵੀ ਲਗਾਏ ਇਹਦੇ ਵਾਸਤੇ ਇਹ ਨਹੀਂ ਹਿੰਦੂ ਲਾਏ ਮੁਸਲਮ ਲਾਏ ਕੋਈ ਵੀ ਲਾਏ ਕੋਈ ਗਵ ਹੈ ਕੋਈ ਵੀ ਗੱਲ ਵੇ ਹੁਣ ਰੋਜ਼ ਰੋਜ਼ ਬੋਲਦੀ ਹੈ ਰੋਜ਼ ਰੋਜ਼ ਬੋਲਦੇ ਆ ਬੋਲਦੇ ਆ ਇੱਕ ਦਿਨ ਅੰਤਿਆਸ਼ ਕਰਨ ਮਨ ਤੇ ਬੁੱਧੀ ਠੀਕ ਹੋਣੇ ਸ਼ੁਰੂ ਹੋਏ ਹੌਲੀ ਹੌਲੀ ਜਿਵੇਂ ਮਨੁੱਖ ਦਾ ਅੰਦਰੋਂ ਹੌਲੀ ਹੌਲੀ ਇਵੇਂ ਸਮਝੋ ਮਨ ਦੇ ਵਿੱਚ ਮਾੜੇ ਵਿਕਾਰ ਉਹਨੇ ਬੰਦ ਹੋ ਗਏ ਹੁਣ ਪਿੰਡਦਿਆਂ ਨੂੰ ਕਹਿੰਦੀ ਹੈ ਨਹੀਂ ਮੇਰੇ ਘਰ ਜਿਹੜੇ ਆਉਂਦੇ ਸਭ ਲੋਕ ਬੰਦ ਹੋ ਗਏ ਲੋਕੀ ਅਕਸਰ ਗੱਲਾਂ ਕਰਦੇ ਨੇ ਕਹਿੰਦੇ ਅੱਜ ਤੇ ਇੱਡੇ ਮਾੜੇ ਕਰਮ ਕੀਤੇ ਨੇ ਜਿਵੇਂ ਆਮ ਇਥੇ ਪ੍ਰਚਲਿਤ ਹੈ ਵੀ ਇੰਨੇ ਚੂਹੇ ਖਾ ਕੇ ਬਿੱਲੀ ਹੁਣ ਹੱਜ ਨੂੰ ਚੱਲੀ ਹੈ ਐਵੇਂ ਕਰਕੇ ਲੋਕੀ ਮਜ਼ਾਕ ਅਕਸਰ ਉਡਾਉਂਦੇ ਨੇ ਕੋਈ ਮਨੁੱਖ ਪਹਿਲਾਂ ਵਿਕਾਰਾਂ ਵਿੱਚ ਪਿਆ ਹੋਏ ਨਾ ਏਕਦਮ ਛੱਡ ਕੇ ਬੰਦਗੀ ਵਾਲੇ ਬੰਨੇ ਲੱਗ ਜਾਏ ਲੋਕੀ ਅਕਸਰ ਗੱਲਾਂ ਕਰ ਦਿੰਦੇ ਕਿਉਂਕਿ ਲੋਕਾਂ ਦਾ ਸੁਭਾਅ ਹੈ ਆਪਣੇ ਆਪ ਨੂੰ ਕੋਈ ਕੋਈ ਵੰਦਿਆ ਦੁਨੀਆਂ ਦੇ ਔਗਣ ਸਾਰੀ ਦੁਨੀਆਂ ਹੀ ਵੰਦੀ ਹੈ ਆਪਣੇ ਔਗਣ ਵੇਖਣ ਦੀ ਆਦਤ ਕਿਸੇ ਕਿਸੇ ਨੂੰ ਹੁੰਦੀ ਹੈ ਕਿਸੇ ਦੇ ਵਿੱਚ ਕਿਹੜੇ ਔਗਣ ਨੇ ਉਹਦੇ ਸੂਟ ਦੇ ਵਿੱਚ ਕੀ ਨੁਕਸ ਹੈ ਉਹਦੇ ਸਰੀਰ ਵਿੱਚ ਕੀ ਨੁਕਸ ਹੈ ਉਹਦੇ ਪਰਿਵਾਰ ਵਿੱਚ ਕੀ ਨੁਕਸ ਹੈ ਉਹਦੇ ਘਰ ਵਿੱਚ ਕੀ ਨੁਕਸ ਹੈ ਇਹ ਸਭ ਨੂੰ ਪਤਾ ਹੈ ਉਹਦੇ ਵਿੱਚ ਇੱਕ ਮਨੁੱਖ ਦੇ ਵਿੱਚ ਕਿਹੜੀਆਂ-ਕਿਹੜੀਆਂ ਚੰਗੀਆਂ ਚੀਜ਼ਾਂ ਨੇ ਇਹ ਕਿਸੇ ਵਿਰਲੇ ਨੂੰ ਹੀ ਪਤਾ ਹੁੰਦੀਆਂ ਨੇ ਲੋਕੀ ਗੱਲਾਂ ਕਰਦੇ ਨੇ ਸੁਣਨ ਦੀ ਕਿਸੇ ਦੀ ਨਹੀਂ ਕਿਉਂਕਿ ਅੰਦਰੋਂ ਆਨੰਦ ਆ ਰਿਹਾ ਹੈ ਬੰਦਗੀ ਦਾ ਮਹਾਰਾਜ ਬਾਣੀ ਚ ਕਹਿੰਦੇ ਨੇ ਰੋਜ਼ ਰੋਜ਼ ਨਾਮ ਜਪਦੀ ਜਪਦੀ ਗਣਕਾ ਇੱਕ ਦਿਨ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਗਈ ਉਪਦੇਸ਼ ਗੁਰੂ ਹਰ ਹਰ ਜਪ ਜਪਾ ਸਭ ਕਿਲੇ ਵੀ ਇੱਕ ਪਾਪ ਦੋਖ ਲਹਿ ਜਾਵੇ ਜਿਵੇਂ ਜਿਵੇਂ ਮਨੁੱਖ ਪ੍ਰਮਾਤਮਾ ਦੀ ਬੰਦਗੀ ਕਰੇਗਾ ਉਹ ਵੱਖਰੀ ਗੱਲ ਹੈ ਸਾਧ ਸੰਗਤ ਗੁਰੂ ਤੇ ਫਾਰਮੂਲੇ ਦਿੰਦੇ ਹੁੰਦੇ ਨੇ ਸਿਆਣੇ ਮਨੁੱਖ ਦੱਸਦੇ ਹੁੰਦੇ ਨੇ ਚੱਲਣਾ ਮਨੁੱਖ ਨੇ ਆਪ ਹੁੰਦਾ ਕੋਈ ਚੱਲੇ ਨਾ ਚੱਲੇ ਹੁਣ ਫਿਰ ਆਪਣੇ ਕੀਤੇ ਕਰਮਾਂ ਦਾ ਭਾਗੇਦਾਰ ਉਹ ਆਪ ਬਣੇਗਾ ਚੱਲਣਾ ਉਹਦੀ ਆਪਣੀ ਮਰਜ਼ੀ ਹੈ ਦੱਸਣਾ ਗੁਰੂ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਬਾਰ ਬਾਰ ਨਾਮ ਜਪ ਜਿੱਥੇ ਵੀ ਮਨੁੱਖ ਬੈਠੇ ਐਵੇਂ ਹੁੰਦਾ ਹੈ ਮਨੁੱਖ ਦੇ ਨਾਲ ਦਿਨ ਦੇ ਵਿੱਚ ਇੱਕ ਘੰਟਾ ਨਾਮ ਜਪੇਗਾ 5 ਘੰਟੇ ਕਿਸੇ ਦੀ ਚੁਗਲੀਆਂ ਕਰੇਗਾ 100 ਰੁਪਏ ਕਮਾਉਂਦਾ 200 ਰੁਪਏ ਖਰਾਬ ਕਰ ਦਿੰਦਾ 100 ਤੇ ਪਾਪ ਲੈਣਗੇ 200 ਛੱਡ ਜਾਣਗੇ ਐਵੇਂ ਸਮਝੋ ਅੱਧਾ ਘੰਟਾ ਨਾਮ ਜਪਿਆ 2 ਘੰਟੇ ਚੁਗਲੀਆਂ ਕਰ ਲਈਆਂ ਨਿੰਦਿਆ ਕਰ ਲਈ ਐਵੇਂ ਸਮਝੋ ਥੋੜਾ ਜਿਵੇਂ 100 ਰੁਪਏ ਕਿਸੇ ਨੇ ਕਮਾਏ ਨੇ ਤੇ 150 ਰੁਪਏ ਗਵਾ ਲਏ ਨੇ ਤੇ ਬਚਿਆ ਕੀ ਕੁਝ ਵੀ ਨਹੀਂ ਫਿਰ ਮਨੁੱਖ ਕਹਿੰਦਾ ਮੈਂ ਤੇ ਬੜੇ ਚਰ ਤੋਂ ਗੁਰਦੁਆਰੇ ਜਾ ਰਿਹਾ ਬੜੀਆਂ ਅਰਦਾਸਾਂ ਕਰਾਈਆਂ ਨੇ ਸਾਡੇ ਵੱਲ ਤੇ ਰੱਬ ਵਿੰਦਾ ਹੀ ਨਹੀਂ ਮੈਂ ਕੱਲ ਵੀ ਬੇਨਤੀ ਕੀਤੀ ਸਾਧ ਸੰਗਤ ਰੱਬ ਤੇ ਸਾਰਿਆਂ ਵਾਲੀ ਵੇਖ ਰਿਹਾ ਭਾਵੇਂ ਮਨੁੱਖ ਰੱਬ ਵੱਲ ਵੇਖੇ ਨਾ ਵੇਖੇ ਰੱਬ ਉਹਦੇ ਵੱਲ ਜ਼ਰੂਰ ਵੇਖਦਾ ਕਿਉਂਕਿ ਉਹਦਾ ਲੇਖਾ ਜੋਖਾ ਵੀ ਤੇ ਉਹਨੇ ਕਰਨਾ ਹੈ ਹੋ ਸਕਦਾ ਜਿਵੇਂ ਕੈਮਰੇ ਦੀ ਨਜ਼ਰ ਦੇ ਵਿੱਚ ਨਾ ਮਨੁੱਖ ਚੋਰੀ ਕਰ ਲੇ ਉਹਨੂੰ ਨਾ ਪਤਾ ਹੋਵੇ ਕੈਮਰਾ ਹੈ ਕਿ ਨਹੀਂ ਹੈ ਪਰ ਕੈਮਰਾ ਉਹਨੂੰ ਜ਼ਰੂਰ ਵੇਖ ਰਿਹਾ ਹੈ ਮਨੁੱਖ ਆਪਣੇ ਮਨ 'ਚੇ ਸੋਚ ਲੇ ਕੈਮਰੇ 'ਚ ਚੋਰੀ ਕਰ ਲਵੇ ਪਰ ਕੈਮਰਾ ਤੇ ਉਹਨੂੰ ਵੇਖ ਰਿਹਾ ਨਾ ਮਹਾਰਾਜ ਇਸ ਕਰਕੇ ਕਹਿੰਦੇ ਨੇ ਪ੍ਰਮਾਤਮਾ ਤੇ ਤੈਨੂੰ ਵੇਖ ਰਿਹਾ ਤੂੰ ਪ੍ਰਮਾਤਮਾ ਨੂੰ ਭਾਵੇਂ ਵੇਖ ਨਾਵੇ ਉਹ ਤੇਰੇ ਤੇ ਦਇਆ ਕਰ ਰਿਹਾ ਤੂੰ ਭਾਵੇਂ ਦਇਆ ਲੈ ਨਾ ਲੈ ਇਸ ਕਰਕੇ ਬਹਿਂਦਿਆ ਤੇ ਉੱਠਦਿਆ ਪਰਮਾਤਮਾ ਦੀ ਬੰਦਗੀ ਕਰਨੀ ਇਹੀ ਮਨੁੱਖ ਦਾ ਪਰਮ ਕਰਤਵ ਹੈ ਜੋ ਸਾਸ ਕਿਰਸ ਧਿਆਏ ਮੇਰਾ ਹਰ ਹੰਸ ਸੋ ਗੁਰ ਸਿਖ ਗੁਰੂ ਮਨ ਭਾਵੈ ਇਸ ਕਰਕੇ ਜਿਹੜਾ ਮਨੁੱਖ ਸਵਾਸ ਸਵਾਸ ਪਰਮਾਤਮਾ ਨੂੰ ਯਾਦ ਰੱਖਦਾ ਹੈ ਹਰੇਕ ਕੰਮ ਕਰਨ ਤੋਂ ਪਹਿਲਾਂ ਸੋਚਦਾ ਹੈ ਇਹ ਕੰਮ ਜਿਹੜਾ ਪ੍ਰਮਾਤਮਾ ਦੇ ਅਨੁਸਾਰ ਠੀਕ ਹੈ ਕਿ ਨਹੀਂ ਮੈਂ ਇਹ ਬਚਨ ਉਹਨੂੰ ਕਹਿਣ ਲੱਗਿਆ ਕਿ ਇਹ ਬਚਨ ਪ੍ਰਮਾਤਮਾ ਮੇਰੇ ਸੁਣ ਰਿਹਾ ਹੈ ਇਹ ਠੀਕ ਨੇ ਕਿ ਨਹੀਂ ਠੀਕ ਨੇ ਇਹਨੂੰ ਕਹਿੰਦੇ ਨੇ ਹਮੇਸ਼ਾ ਯਾਦ ਰੱਖਣਾ ਜੋ ਵੀ ਮਨੁੱਖ ਕਦਮ ਰੱਖੇ ਇੱਕ ਇੱਕ ਕਦਮ ਸੋਚ ਕੇ ਸਮਝ ਕੇ ਵਿਚਾਰ ਕੇ ਰੱਖੇ ਐਸਾ ਤੇ ਨਹੀਂ ਇਹ ਕਦਮ ਇਹ ਮੇਰਾ ਕਰਮ ਪ੍ਰਮਾਤਮਾ ਨੂੰ ਮਾੜਾ ਲੱਗੇ ਕਿਉਂਕਿ ਇੱਕ ਇੱਕ ਕਰਮ ਇੱਕ ਇੱਕ ਕਦਮ ਮਨੁੱਖ ਨੂੰ ਭੁਗਤਣਾ ਹੈ ਫਿਰ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਇੱਕ ਇੱਕ ਸ਼ਬਦ ਸੋਚ ਕੇ ਬੋਲਦੇ ਨੇ ਸਮਝ ਕੇ ਬੋਲਦੇ ਨੇ ਵਿਚਾਰ ਕੇ ਬੋਲਦੇ ਨੇ ਜਿੱਥੇ ਵੀ ਜਾ ਰਹੇ ਨੇ ਵਿਚਾਰ ਕਰਨਗੇ ਇਸ ਕਰਕੇ ਮਹਾਰਾਜ ਜੀ ਨੇ ਸਾਹ ਸਾਹ ਹਮੇਸ਼ਾ ਉਹਨੂੰ ਯਾਦ ਰੱਖਣਾ ਹਮੇਸ਼ਾ ਉਹਦੀ ਬੰਦਗੀ ਦੇ ਵਿੱਚ ਰਹਿਣਾ ਹਮੇਸ਼ਾ ਉਹਦੀ ਰਾਜਾ ਦੇ ਵਿੱਚ ਰਹਿਣਾ ਇਹੀ ਮਨੁੱਖ ਉਹ ਕਰਦੇ ਨੇ ਔਰ ਐਸੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗਦੇ ਹਨ ਜੇਨੋ ਦਇਆਲ ਹੋਵੇ ਮੇਰਾ ਸੁਆਮੀ ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਪਰ ਇਹ ਜਿਹੜਾ ਉਪਦੇਸ਼ ਹੈ ਨਾਮ ਜਪਣ ਦਾ ਠਿਕੇਗਾ ਕਿਦੇ ਹਿਰਦੇ ਦੇ ਵਿੱਚ ਕਿਦੇ ਹਿਰਦੇ ਦੇ ਵਿੱਚ ਠਿਕੇਗਾ ਇਹ ਵੀ ਤੇ ਗੱਲ ਹੈ ਨਾ ਕਹਿੰਦੇ ਜਿਸ ਮਨੁੱਖ ਤੇ ਦਇਆਲ ਹੋ ਜਾਏਗਾ ਪਰਮਾਤਮਾ ਨਹੀਂ ਤੇ ਮਨੁੱਖ ਹਜ਼ਾਰਾਂ ਸਾਲਾਂ ਤੋਂ ਕਈ ਸਾਲਾਂ ਤੋਂ ਸੁਣਦਾ ਰਹਿੰਦਾ ਐ ਸਪੀਕਰਾਂ ਦੇ ਵਿੱਚ ਗੱਲ ਅੰਦਰ ਬੈੰਦੀ ਨਹੀਂ ਐ ਬੈੰਦੀ ਕਿਹਦੇ ਹਿਰਦੇ ਦੇ ਵਿੱਚ ਐ ਜਿਸ ਤੇ ਪ੍ਰਮਾਤਮਾ ਦਿਆਲ ਹੁੰਦਾ ਜਦੋਂ ਪ੍ਰਮਾਤਮਾ ਦਿਆਲੂ ਹੁੰਦਾ ਫਿਰ ਗੁਰੂ ਦਾ ਉਪਦੇਸ਼ ਮਨੁੱਖ ਦੇ ਹਿਰਦੇ ਦੇ ਵਿੱਚ ਟਿਕਣਾ ਆਰੰਭ ਹੋ ਜਾਂਦਾ ਹੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜੱਪੈ ਅਵਰਹਿ ਨਾਮ ਜਪਾਵੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਮਨੁੱਖ ਕਿੱਡਾ ਵੱਡਾ ਹੈ ਜਿਹੜਾ ਆਪ ਪ੍ਰਮਾਤਮਾ ਦੀ ਬੰਦਗੀ ਵਿੱਚ ਰਹਿੰਦਾ ਹੈ ਕਿਤੇ ਗਲਤ ਕਰਮ ਹੋ ਰਿਹਾ ਹੈ ਪ੍ਰਮਾਤਮਾ ਤੋਂ ਉਲਟ ਚੀਜ਼ ਹੋ ਰਹੀ ਹੈ ਉਥੇ ਦੱਸਦਾ ਭਾਈ ਇਹ ਠੀਕ ਨਹੀਂ ਹੈ ਹਾਂ ਦਾ ਨਾਰਾ ਮਾਰਦਾ ਹੈ ਹਮੇਸ਼ਾ ਕਿਤੇ ਮਾੜੇ ਤਰਫ ਕੋਈ ਲੋਕ ਜਾ ਰਹੇ ਨੇ ਆਵੇਂ ਉਹ ਆਪਣੇ ਜਾਨ ਕੁਰਬਾਨ ਕਰਨੀ ਪੈ ਜਾਏ ਉਹਨਾਂ ਨੂੰ ਬਚਾਉਂਦਾ ਹੈ ਮਹਾਰਾਜ ਕਹਿੰਦੇ ਜਿਹੜੇ ਐਸੇ ਬੰਦਗੀ ਕਰਦੇ ਨੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੱਭਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਆਪ ਬੰਦਗੀ ਕਰਦੇ ਨੇ ਅੱਜ ਵੀ ਜਿਹੜੇ ਕਰ ਰਹੇ ਨੇ ਅੱਜ ਤੋਂ ਬਾਅਦ ਵੀ ਜਿਹੜੇ ਕਰਨਗੇ ਐਸੇ ਮਨੁੱਖ ਮਹਾਨ ਸ਼ਖਸੀਅਤਾਂ ਹੁੰਦੇ ਨੇ ਜਿਹੜੇ ਆਪਣਾ ਭਲਾ ਤੇ ਦੁਨੀਆ ਕਰਦੀ ਹੈ ਜਿੰਨੂੰ ਸਮਝ ਆ ਗਈ ਦੂਜੇ ਦਾ ਵੀ ਭਲਾ ਕਰੇ ਵੈਸੇ ਐਸੇ ਮਨੁੱਖ ਹੁੰਦੇ ਹੀ ਬੜੇ ਘੱਟ ਨੇ ਜਿਨ੍ਹਾਂ ਨੂੰ ਬੰਦਗੀ ਦੀ ਸਮਝ ਲੱਗ ਗਈ ਹੈ ਵੈਸੇ ਉੱਤੋਂ ਉੱਤੋਂ ਤੇ ਦੁਨੀਆ ਕਹਿ ਦਿੰਦੀ ਹੈ ਜਿਨ੍ਹਾਂ ਨੂੰ ਅੰਦਰੋਂ ਪਤਾ ਲੱਗ ਗਿਆ ਬੰਦਗੀ ਕਿੱਡੀ ਵੱਡੀ ਚੀਜ਼ ਹੈ ਫਿਰ ਮਹਾਰਾਜ ਕਹਿੰਦੇ ਆਪ ਵੀ ਨਾਮ ਜਪਦੇ ਨੇ ਤੇ ਹੋਰਨਾਂ ਨੂੰ ਵੀ ਪ੍ਰਮਾਤਮਾ ਵੱਲ ਪ੍ਰੇਰਤੇ ਨੇ ਐਸੇ ਮਨੁੱਖਾਂ ਦੀ ਜਿਹੜੀ ਸ਼ਖਸੀਅਤ ਬੜੀ ਮਹਾਨ ਹੁੰਦੀ ਹੈ ਸੋ ਗੁਰੂ ਸਾਹਿਬ ਜੀ ਮਹਾਰਾਜ ਇਹ ਉਪਦੇਸ਼ ਮਨੁੱਖ ਨੂੰ ਦੇਣਾ ਚਾਹੁੰਦੇ ਨੇ हे ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬੰਦਗੀ ਕਰ ਜਿਹੜਾ ਕੰਮ ਤੂੰ ਕਰਨ ਆਇਆ ਹੈ ਉਹ ਕਰਮ ਕਰ ਉਸ ਕਿਉਂਕਿ ਇਸ ਦੁਨੀਆ ਤੇ ਤੈਨੂੰ ਮਨੁੱਖਾ ਦੇਹ ਮਿਲੀ ਹੈ ਇਹ ਮਨੁੱਖਾ ਦੇ ਦੁਬਾਰਾ ਦੁਬਾਰਾ ਨਹੀਂ ਮਿਲਦੀ ਭਈ ਪ੍ਰਾਪਤ ਮਾਨੁਖ ਦੇਹ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਾਰੀ ਇਹ ਸਮਾਂ ਸਵਾਸ ਮਿਲੇ ਹੋਏ ਨੇ ਪਰਮਾਤਮਾ ਦਾ ਜਪ ਕਰ ਉਸ ਨੂੰ ਯਾਦ ਕਰ ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ ਤੇਰੇ ਕੋਲ ਸਮਾਂ ਘਟ ਹੈ ਸਵਾਸ ਥੋੜੇ ਨੇ ਸਮਾਂ ਕੋਈ ਜ਼ਿਆਦਾ ਨਹੀਂ ਹੈ ਕਿਉਂਕਿ ਇਸ ਦੁਨੀਆ ਦੇ ਉੱਤੇ ਇਹ ਦੇਹ ਸਦਾ ਨਹੀਂ ਰਹਿਣੀ ਮਹਾਰਾਤੇ ਇਹਦੀ ਜਿਹੜੀ ਤੁਲਨਾ ਕਰਦੇ ਨੇ ਇੱਕ ਬੁਲਬਲੇ ਨਾਲ ਕਰਦੇ ਨੇ ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ ਜਿਵੇਂ ਬੁਲਬਲੇ ਪਾਣੀ ਤੇ ਉੱਠਦੇ ਨੇ ਉੱਠਦੇ ਨੇ ਟੁੱਟ ਜਾਂਦੇ ਨੇ ਉੱਠਦੇ ਨੇ ਟੁੱਟਦੇ ਨੇ ਬੁਲਬਲੇ ਸਦਾ ਨਹੀਂ ਰਹਿੰਦੇ ਇਸ ਕਰਕੇ ਕਰੋੜਾਂ ਸਾਲਾਂ ਤੋਂ ਕਰੋੜਾਂ ਅਰਬਾਂ ਮਨੁੱਖ ਇੱਕ ਧਰਤੀ ਤੇ ਆ ਗਏ ਨੇ ਕਰੋੜਾਂ ਇੱਥੋਂ ਚਲੇ ਗਏ ਨੇ हे ਮਨੁੱਖ ਤੂੰ ਤੇ ਪਰੋਣਿਆ ਜਾਵੇਂ ਇੱਥੇ ਰਹਿਣ ਆਇਆ ਜੈਸੇ ਰਹਿਣ ਪਰਹੋਣੇ ਉੱਠ ਚੱਲ ਸਹਿ ਬਰਬਾਦ ਜਿਵੇਂ ਪਰੋਣੇ ਰਹਿਣ ਲਈ ਆਉਂਦੇ ਨੇ ਸਵੇਰ ਹੁੰਦੀ ਰਾਤ ਨੂੰ ਆਉਂਦੇ ਨੇ ਸਵੇਰੇ ਆਪਣੇ ਘਰ ਹੀ ਚਲੇ ਜਾਂਦੇ ਨੇ ਇਸ ਕਰਕੇ ਮਨੁੱਖ ਦਾ ਘਰ ਜਿਹੜਾ ਹੈ ਉਹ ਆਤਮਾ ਦੇ ਵਿੱਚ ਮਿਲ ਜਾਣਾ ਹੈ ਇਹ ਮਨੁੱਖ ਆਪਣੇ ਬੰਧਨ ਨੇ ਜਿਹੜੇ ਦੇਸ਼ ਦੇ ਕੌਮ ਦੇ ਮਜਬਾਂ ਦੇ ਬੰਧਨ ਨੇ ਉਹਨਾਂ ਬੰਧਨਾਂ ਨੂੰ ਤੋੜੇ ਜਿਵੇਂ ਜਿਵੇਂ ਇਹ ਬੰਧਨ ਟੁੱਟਦੇ ਰਹਿਣਗੇ ਮਨੁੱਖ ਦਾ ਹਿਰਦਾ ਪ੍ਰੇਮ ਨਾਲ ਭਰ ਜਾਏਗਾ ਇਹਨੂੰ ਚਾਰੇ ਬਨੇ ਹਰੇਕ ਮਨੁੱਖ ਦੇ ਨਾਲ ਈਰਖਾ ਦਵੇਸ਼ ਨਹੀਂ ਹੋਏਗੀ ਪ੍ਰੇਮ ਵਿਖੇਗਾ ਹਰੇਕ ਦੇ ਨਾਲ ਮਨੁੱਖ ਪ੍ਰੇਮ ਕਰੇ ਇਹੀ ਸੰਦੇਸ਼ ਹੈ ਇਹੀ ਮੁੱਖ ਉਪਦੇਸ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਚ ਕਹੋ ਸੁਨ ਲੈਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਬਾਰ ਬਾਰ ਬੰਦਗੀ ਕਰਨ ਦੇ ਨਾਲ ਹਿਰਦੇ ਵਿੱਚ ਪ੍ਰੇਮ ਆ ਜਾਏਗਾ ਕੋਈ ਵੀ ਮਾੜਾ ਨਹੀਂ ਲੱਗੇਗਾ ਐਵੇਂ ਲੱਗੇਗਾ ਸਾਰੀ ਰੱਬ ਦੀ ਕੁਦਰਤ ਹੈ ਜਦੋਂ ਰੱਬ ਆਨੰਦ ਨਾਲ ਵੇਖ ਰਿਹਾ ਸਾਰਾ ਕੁਝ ਉਹ ਇੱਥੇ ਅਤਿਆਚਾਰੀ ਵੀ ਨੇ ਉਹ ਕੁਝ ਨਹੀਂ ਕਹਿ ਰਿਹਾ ਕਿਉਂਕਿ ਉਹਨੂੰ ਪਤਾ ਹੈ ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ ਉਹਨੇ ਧਰਮ ਬਹਾਇਆ ਹੋਇਆ ਹੈ ਉਹ ਧਰਮ ਦੇ ਵਿੱਚ ਸਾਰਾ ਕੁਝ ਹੋ ਰਿਹਾ ਇਸ ਕਰਕੇ ਕਿਸੇ ਦੀ ਚਿੰਤਾ ਲੈਣ ਦੀ ਲੋੜ ਨਹੀਂ ਕਿਸੇ ਦੀ ਚੰਗਿਆਈ ਤੇ ਬੁਰਿਆਈ ਵਾਚਣ ਦੀ ਲੋੜ ਨਹੀਂ ਰੱਬ ਨੇ ਵਾਚਣ ਵਾਲਾ ਬਿਠਾਇਆ ਹੋਇਆ ਸਾਨੂੰ ਕਿਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਪਰਮਾਤਮਾ ਨੂੰ ਚਿੰਤਾ ਹੈ ਸਾਰਿਆਂ ਦੀ ਚੰਗਿਆਈਆਂ ਬੁਰਿਆਈਆਂ ਦੀ ਬੁਰਿਆਈ ਜਾਦਾ ਦਿਨ ਨਹੀਂ ਚੱਲਦੀ ਸਾਲ ਚੱਲੇਗੀ ਦੋ ਚੱਲੇਗੀ ਜੇ ਦਿਨ ਘੜੇ ਭਰ ਜਾਂਦੇ ਨੇ ਉਸ ਦਿਨ ਟੁੱਟ ਜਾਂਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਪਰਮਾਤਮਾ ਵਾਚਣਾ ਕਰਦਾ ਮਨੁੱਖ ਸਿਰਫ ਆਪਣੇ ਆਪ ਨੂੰ ਵਾਚੇ ਆਪਣੇ ਕਰਮਾਂ ਨੂੰ ਵੇਖੇ ਆਪਣੇ ਔਗਣਾਂ ਨੂੰ ਵੇਖੇ ਕਿਸੇ ਦੇ ਔਗਣ ਵੇਖਣ ਦੀ ਲੋੜ ਨਹੀਂ ਇਨੀਆਂ ਬੇਨਤੀਆਂ ਪ੍ਰਵਾਨ ਹੋਈ ਪੁੱਲ ਚੁੱਕ ਦੇ ਲੇਖੀ ਮਾ ਕਰਨੀ ਜੀ ਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਪ੍ਰਮਾਤਮਾ ਦਾ ਵਿਚਾਰ ਆਏ ਪ੍ਰਮਾਤਮਾ ਦਾ ਚੇਤਾ ਆਏ ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ ਨਾਮ ਦੀ ਦਾਤ ਬਖਸ਼ਣ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ